ਉਹ ਮੰਗੀ ਬੱਗਾ ਪਿੰਡ ਬੈਸਟ ਸਟਾਪਰ ਦੁਨੀਆ ਦਾ ਮਸ਼ਾ ਬਹੁਤ ਹੀ ਜ਼ਬਰਦਸਤ ਚੱਠਾ ਸਾਹਿਬ ਕੋਲ ਅੱਜ ਮਾਣ ਕਬੱਡੀ ਬਹੁਤ ਤਗੜੀ ਤੇ ਕਬੱਡੀ ਮਾਈਕ ਦੇ ਉੱਪਰ ਮੇਰਾ ਬਹੁਤ ਹੀ ਪਿਆਰਾ ਕਲੀਅਰ ਓਵਰ ਟੂ ਕਲੀਅਰ ਬਹੁਤ ਹੀ ਵਧੀਆ ਮੰਗੀ ਬੱਗਾ ਪਿੰਡ ਦਰਸ਼ਕ ਵੀਰੋ 6ਵੇਂ ਕਬੱਡੀ ਕੱਪ ਕਾਲਾ ਸਿੰਘਾਂ ਦੀ ਧਰਤੀ ਤੇ ਪਹੁੰਚਿਆ ਸੁਰਜਨ ਚੱਠੇ ਦਾ ਚਹੇਤਾ ਖਿਡਾਰੀ ਬਹਾਦਰ ਸ਼ੇਰ ਗਿੱਲ ਦਾ ਸਾਡੇ ਭਗਤ ਨਮਟਾਲੇ ਵਾਲੇ ਦਾ ਭਗਤੇ ਦਾ ਚਹੇਤਾ ਖਿਡਾਰੀ ਹੈ ਔਰ ਸਾਡੇ ਮਹਿੰਦਰ ਮੌੜ ਦਾ ਲਓ ਵੀ ਚਮਿਆਰੇ ਦੀ ਧਰਤੀ ਦਾ ਜਿੱਥੇ ਤਿੰਨਾ ਪੈਦਾ ਹੋਇਆ ਜਿੱਥੇ ਦਨਾਲੀ ਪੈਦਾ ਹੋਇਆ ਜਿੱਥੇ ਸੁਰਲੀ ਪੈਦਾ ਹੋਇਆ ਇਹ ਹੈਪੀ ਚਮਿਆਰੇ ਦੀ ਧਰਤੀ ਦਾ ਹਲਕਾ ਜਿਹਾ ਟੱਚ ਕੀਤਾ ਪਾ ਨਾਮ ਗੋਲੂ ਹੈ ਧਰਤੀ ਮਾਤਾ ਨੂੰ ਨਮਸਕਾਰ ਕੀਤੀ ਹੈ ਇੱਕ ਗੋਲੂ ਘਨੌਰ ਦੀ ਧਰਤੀ ਦਾ ਹੈ ਪਟਿਆਲੇ ਦੀ ਧਰਤੀ ਦਾ ਹੈ ਇਹ ਜ਼ਿਲ੍ਹਾ ਜਲੰਧਰ ਕੋਟਲੀ ਥਨ ਸਿੰਘ ਸਾਡੇ ਸੁੱਖੀ ਬਰਾੜ ਦੀ ਟੀਮ ਦਾ ਇਹ ਚੁਬਰ ਹੈ ਬਹੁਤ ਵਧੀਆ ਲੈ ਵੀ ਉੜਦੀ ਨੂੰ ਬਾਜ ਪੈ ਗਿਆ ਉੜਦੀ ਨੂੰ ਬਾਜ ਪੈ ਗਿਆ ਉੜਦੀ ਨੂੰ ਬਾਜ ਪੈ ਗਿਆ ਸੇਠੀ ਨਾਮ ਸੇਠੀ ਹੈ ਉਧਰ ਭਗਤਾ ਵੀ ਲਾਲ ਟੀ ਸ਼ਰਟ ਪਾ ਕੇ ਆਇਆ ਤੱਕ ਰਿਹਾ ਕਿ ਅੱਜ ਤਾਂ ਮੌੜ ਸਾਹਿਬ ਦੇ ਨਗਰ ਵਿੱਚ ਰੌਣਕਾਂ ਲੱਗੀ ਹੈ ਅੱਜ 6ਵਾਂ ਕਬੱਡੀ ਕੱਪ ਹੈ ਜੇ ਵੇਖਦੇ ਹਾਂ ਕਿ ਗੋਪੀ ਲਾਜਫਾ ਗੋਪੀ ਦੀਆਂ ਗੱਲਾਂ ਹੋਣਗੀਆਂ ਆ ਬੱਬਰ ਸ਼ੇਰ ਨਹੀਂ ਉਹ ਰਿਸਾਂ ਦੇ ਰਹੀਆਂ ਵਾਹ ਬਾਜ ਵਾਂਗੂ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਕਬੱਡੀ ਜਦੋਂ ਯਾਰ ਪਾਉਂਦੇ ਨੇ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ ਬਾਜ ਵਾਂਗੂ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਵੇਖਦੇ ਹਾਂ ਕਿ ਉਧਰ ਬਹੁਤ ਵਧੀਆ ਕੁੰਡੀਆਂ ਸਰੀਕੇ ਪਿੰਡ ਦੇਵ ਸਰੀਕੇ ਦੀਆਂ ਗੱਲਾਂ ਹੋਈਆਂ ਇਹ ਸਰਬੀ ਪੁਆਇੰਟ ਰੇਡਰ ਦੇ ਖਾਤੇ ਆਓ ਜੈਲੀਆ ਪਾ ਕਬੱਡੀ ਜੈਲਾ ਭਲਾਣਾ ਦੀ ਧਰਤੀ ਦਾ ਤੇ ਜੈਲਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਇੱਕ ਜੈਲਾ ਜਰਨੈਲ ਜੈਲਾ ਇੰਗਲੈਂਡ ਦੀ ਧਰਤੀ ਦਾ ਈਰਥ ਵਿੱਚ ਵਸਿਆ ਹੋਇਆ ਇੱਕ ਜੈਲਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਔਰ ਵੇਖਦੇ ਹੈ ਕਿ ਬਹੁਤ ਵਧੀਆ ਜਫਾ ਲੱਗਿਆ ਜੀ ਕੁੰਡੀਆਂ ਦੇ ਸਿੰਘ ਫਸ ਗਏ ਨੇ ਵੀ ਸੁੱਖੀ ਬਰਾੜ ਤੇਰੇ ਪੇਂਡੂ ਨੇ ਜਫਾ ਲਾਇਆ ਸੁੱਖੀ ਬਰਾੜ ਨੇ ਵੀ ਤਾੜੀਆਂ ਮਾਰੀਆਂ ਕਿ ਮੇਰਾ ਪੇਂਡੂ ਹੈ ਮਾਣ ਹੈ ਔਰ ਇਹ ਬਰਾੜ ਬਰਾੜ ਦੀਆਂ ਗੱਲਾਂ ਹੋਈਆਂ ਚੱਲ ਵੀ ਸੋਨੂ ਸਿੱਖ ਸਰਦਾਰ ਪਾਉਂਦਾ ਹੋਇਆ ਕਬੱਡੀ ਹੈ ਸੋਨੂ ਦੀ ਪਾਈ ਹੋਈ ਕਬੱਡੀ ਹੈ ਹਲਕੇ ਹਲਕੇ ਪੱਬਾਂ ਦੇ ਨਾਲ ਪਾਉਂਦਾ ਹੋਇਆ ਕਬੱਡੀ ਚਾਰ ਵੀਰ ਖੜੇ ਥਾਪੀਆਂ ਮਾਰਦੇ ਹੈ ਉਦੋਂ ਸਾਡਾ ਪਰਮਜੀਤ ਸਿੰਘ ਜੀ ਬਾਗੜੀਆ ਸਾਹਿਬ ਤੱਕ ਰਿਹਾ ਕਿ ਨੌਜਵਾਨ ਹੱਥਾਂ ਚੋਂ ਨਿਕਲ ਗਿਆ ਔਰ ਪੁਆਇੰਟ ਇਸ ਸੋਨੂ ਦੇ ਖਾਤੇ ਆ ਪਾਓ ਹੈਪੀ ਕਬੱਡੀ ਉਦੋਂ ਤੋਚੀ ਕਾਲਾ ਸਿੰਘਾਂ ਵਾਲੇ ਨੇ ਮੁੱਛਾਂ ਨੂੰ ਵੱਢ ਦਿੱਤਾ ਹੈ ਨਾਲ ਥੋੜੀ ਜਿਹੀ ਦਾੜੀ ਵੀ ਸਵਾਰੀ ਹੈ ਕਿ ਨੌਜਵਾਨ ਦਾ ਸਰੀਰ ਬਹੁਤ ਵਧੀਆ ਹੈ ਅੱਜ ਤੱਕ ਰਹੇ ਹੈ ਕਿ ਇਹ ਹੈਪੀ ਚਮਿਆਰੇ ਪਿੰਡ ਦਾ ਹੈ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤੁੰਨੇ ਦੀਆਂ ਗੱਲਾਂ ਹੋਈਆਂ ਕਬੱਡੀ ਦਾ ਸਟਾਰ ਪੈਦਾ ਹੋਇਆ ਔਰ ਨੌਜਵਾਨ ਹਲਕੇ ਹਲਕੇ ਪੱਬਾਂ ਦੇ ਨਾਲ ਉੱਡੂ ਉੱਡੂ ਕਰਦੀ ਜਵਾਨੀ ਵਾਹ ਸ਼ੇਰਾ ਪਰ ਫੈਸਲਾ ਪਰਮਜੀਤ ਸਿੰਘ ਜੀ ਕੋਚ ਸਾਹਿਬ ਦਾ ਹੈ ਕਿ ਪੁਆਇੰਟ ਜਾਫੀ ਦੇ ਖਾਤੇ ਹੈ ਬੱਲੇ ਉਹ ਵਿੱਚ ਮੈਦਾਨੇ ਬੱਲੇ ਉਹ ਸ਼ੇਰ ਜਵਾਨਾ ਮੱਲਾ ਮਾਰ ਰਹੇ ਵਿੱਚ ਮੈਦਾਨਾ ਬੱਲੇ ਉਹ ਸ਼ੇਰ ਜਵਾਨਾ ਸ਼ੇਰਾ ਵਾਹ ਸ਼ੇਰਿਆ ਸ਼ੇਰਾਂ ਦੀ ਗੱਲ ਹੋਣ ਦੀ ਵਾਲੀ ਹੈ ਡਿਟ ਸਟੂਡੀਓ ਸ਼ੇਰ ਕਬੱਡੀ ਪਾ ਰਿਹਾ ਬੱਬਰ ਸ਼ੇਰਾਂ ਦੇ ਮੁਕਾਬਲੇ ਅੱਜ ਕਾਲਾ ਸਿੰਘਾਂ ਦੀ ਧਰਤੀ ਤੇ ਔਰ ਚੁੰਗਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਚੁੰਗਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਚੁੰਗਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਸਾਨੂੰ ਸ਼ੌਂਕ ਹੈ ਖੇਡਣ ਦਾ ਐਵੇਂ ਨੀ ਜੱਸੀ ਸੋਲ ਨੇ ਗੱਲ ਕੀਤੀ ਹੈ ਔਰ ਸ਼ੌਂਕ ਦੀ ਗੱਲ ਕੀਤੀ ਹੈ ਕਬੱਡੀ ਦੀ ਗੱਲ ਕੀਤੀ ਹੈ ਔਰ ਮਾਣ ਹੈ ਸਾਨੂੰ ਸਮੁੱਚੀ ਕਮੇਟੀ ਤੇ ਮਾਣ ਹੈ ਸਾਨੂੰ ਸਾਡੇ ਇੰਦਰ ਬਲਗਨ ਤੇ ਰਾਮਾ ਮਲਗਨ ਤੇ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਇਸ ਕਬੱਡੀ ਕੱਪ ਨੂੰ ਦਿੱਤਾ ਮੈਂ ਬੇਨਤੀ ਕਰਦਾ ਅੱਜ ਜਿਹੜੀ ਛੋਟੀ ਸਟੇਜ ਵਾ ਇੰਦਰ ਭਾਜੀ ਇੰਦਰ ਬਲਗਨ ਜੀ ਇਹਨਾਂ ਵੀਰਾਂ ਨੂੰ ਬਿਠਾਓ ਪਲੀਜ਼ ਬਹਿ ਜਾਓ ਭਾਜੀ ਬੈਠ ਕੇ ਮੈਚ ਵੇਖੋ ਔਰ ਸਾਡੇ ਸਤਿਕਾਰਯੋਗ ਇਹਨਾਂ ਦੇ ਵੀਰ ਇਲਾਕੇ ਦੇ ਕਾਲਾ ਸਿੰਘਾਂ ਦੀ ਸ਼ਖਸੀਅਤਾਂ ਪਹੁੰਚੀਆਂ ਉਹਨਾਂ ਨੇ ਮੈਚ ਤੱਕਣਾ ਹੈ ਲੋਵੀ ਲੇਂਬਰ ਲੱਦੜ ਪਹੁੰਚਿਆ ਬਾਰਕਿੰਗ ਵਾਲਾ ਪਹੁੰਚਿਆ ਗੰਤਾ ਲੱਦੜ ਸਾਡਾ ਵੀਰ ਜੂਕੇ ਤੋਂ
ਸਾਡਾ ਖੇਡ ਪ੍ਰਮੋਟਰ ਪਹੁੰਚੇ ਆ, ਬਲਕਾਰ ਲੱਦੜ ਮਨਜੀਤ ਪੀਟਾ ਜੀ ਪਹੁੰਚੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੱਸਦੇ। ਮੋਹਣੇ ਭਾਜੀ ਲਿੰਬਰ ਭਾਜੀ ਨੂੰ ਲੈ ਕੇ ਚੱਲੀਏ ਸਟੇਜ ਤੇ, ਉਹ ਸਟੇਜ ਸਾਡੇ ਸਪੌਂਸਰਾਂ ਦੀ ਜਿਹੜੇ ਕਿ ਇਸ ਮਹੋਤਸਵ ਨੂੰ ਸਪੌਂਸਰ ਕਰਦੇ ਆ, ਆਨੰਦਪੁਰ ਸਾਹਿਬ ਦੇ ਖੇਡ ਮੇਲੇ ਨੂੰ ਸਪੌਂਸਰ ਕਰਦੇ ਆ, ਸਾਡੇ ਲਿੰਬਰ ਲੱਦੜ ਜੀ ਪਹੁੰਚੇ ਆ। ਮਾਂ ਨੇ ਸਾਨੂੰ ਲਿੰਬਰ ਲੱਦੜ ਤੇ ਜਿਹਨਾਂ ਨੇ ਸਾਡੇ ਵਰਗੇ ਨਿਮਾਣਿਆਂ ਨੂੰ ਬਾਰਕਿੰਗ ਦੀ ਧਰਤੀ ਤੇ, ਐਲਫੋਰਡ ਦੀ ਧਰਤੀ ਤੇ, ਕੈਟਰਿੰਗ ਦੀ ਧਰਤੀ ਤੇ ਔਰ ਸਾਡੇ ਲੈਫਟਰ ਦੀ ਧਰਤੀ ਤੇ ਮਾਣ ਦਿੱਤਾ। ਗੰਤੇ ਵਰਗੇ ਵੀਰਾਂ ਨੇ ਸਾਡੇ ਵਿਚਕਾਰ ਪਹੁੰਚੇ ਆ। ਜੀ ਆਇਆਂ ਪਾ ਹੈਪੀ ਕਬੱਡੀ, ਕਦੇ ਹੈਪੀ ਨੇ ਇੰਗਲੈਂਡ ਦੀ ਧਰਤੀ ਤੇ ਕਬੱਡੀਆਂ ਪਾਈਆਂ, ਕਦੇ ਹੈਪੀ ਨੇ ਕੈਨੇਡਾ ਦੀ ਧਰਤੀ ਤੇ ਕਬੱਡੀਆਂ ਪਾਈਆਂ। ਪੱਟ ਉੱਤੇ ਮੋਰ ਨੱਚਦਾ ਮੁੰਡਾ, ਹੈ ਸ਼ਕੀਨ ਜੱਟ ਦਾ ਖੇਡਦਾ ਕਬੱਡੀ ਪੁੱਤ ਜੱਟ ਦਾ, ਉੱਠ ਸ਼ੇਰਾ ਨਹੀਂ ਉਹ ਰੀਸਾਂ ਤੇਰੀਆਂ। ਵੇਖਦੇ ਆ ਕਿ ਬਰਾੜ ਜਫਾ ਲਾਉਂਦਾ ਹੈ ਜਾਂ ਫਿਰ ਗੋਪੀ ਜਫਾ ਲਾਉਂਦਾ ਹੈ, ਜਾਂ ਫਿਰ ਵੇਖਦੇ ਆ ਕਿ ਕੁੰਡੀਆਂ ਦੇ ਕਿਹਦੇ ਨਾਲ ਸਿੰਘ ਫਸਦੇ ਆ ਕਿ ਨਿੱਤਰੂ ਬੜੇ ਮੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ ਨਿੱਤਰੂ ਬੜੇ ਮੇ ਖਾਣੀ। ਮਾਂ ਨੇ ਸਾਡੇ ਪਰਮਜੀਤ ਸਿੰਘ ਜੀ ਕੋਚ ਸਾਹਿਬ ਔਰ ਅੱਜ ਮਾਂ ਖੇਡ ਕਬੱਡੀ ਨੂੰ ਬਹੁਤ ਵੱਡਾ ਮਾਣ ਦਿੰਦੇ ਆ, ਪ੍ਰੋਫੈਸਰ ਗੋਪਾਲ ਸਿੰਘ ਜੀ ਅੱਜ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਪੂਰੀ ਦੁਨੀਆ ਤੇ ਬੱਲੇ ਬੱਲੇ ਸੁਰਜਨ ਸਿੰਘ ਚੱਠਾ ਸਾਹਿਬ ਕਹਿੰਦੇ ਆ ਕਲੇਰ ਇਹ ਨਾਰਥ ਇੰਡੀਆ ਦੀ ਬੱਲੇ ਬੱਲੇ ਪੂਰੀ ਦੁਨੀਆ ਦੇ ਨਾਲ ਹੀ ਬੱਲੇ ਬੱਲੇ ਹੈ। ਦਰਸ਼ਕ ਵੀਰ ਮਾਂ ਖੇਡ ਕਬੱਡੀ ਦੇ ਮੁਕਾਬਲੇ ਤੱਕਦੇ ਹੈ ਔਰ ਸਾਡੇ ਖਿਡਾਰੀਆਂ ਨੂੰ ਪਿਆਰ ਦਿੰਦੇ ਹੈ ਤੇ ਤਾਂ ਹੀ ਨਾਰਥ ਇੰਡੀਆ ਦੀ ਬੱਲੇ ਬੱਲੇ ਹੈ। ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਚੱਠਾ ਸਾਹਿਬ ਡੋਕਸੀ ਸਾਡਾ ਵੀਰ ਚੁੱਕੇ ਤੋਂ ਔਰ ਸਾਡੇ ਬਾਜ ਕੌਂਕਿਆਂ ਵਾਲੇ ਪਹੁੰਚੇ ਹੈ, ਜਸਪਾਲ ਸਿੰਘ ਜੀ ਰਾਣਾ ਬਨਵਾਲੀਪੁਰ ਵਾਲੇ ਔਰ ਸਾਡੇ ਤੇਜਿੰਦਰ ਸਿੰਘ ਜੀ ਤੋਚੀ, ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਡਿਕਟ ਸਟੂਡੀਓ ਪਵਿੱਤਰ ਸਿੰਘ ਜੀ ਪਹੁੰਚੇ। ਬਿੱਟੂ ਮੈਂ ਆਪਣੇ ਬਾਈ ਦਾ ਬਹੁਤ ਬਹੁਤ ਧੰਨਵਾਦ ਰੱਖਦਾ ਹੈ। ਪੁਆਇੰਟ ਕਿਹੜੇ ਲਿਖਦੇ ਜੀ ਸਤਨਾਮ? ਜਿਹੜਾ ਮੇਰਾ ਵੀਰ ਪੁਆਇੰਟ ਲਿਖ ਰਿਹਾ ਦੱਸੋ ਕਿੰਨੇ ਪੁਆਇੰਟ ਹੈ ਜੀ ਹਾਫ ਟਾਈਮ ਦੇ ਅੰਕੜੇ? ਸਤਨਾਮ ਹੈਲੋ ਜੀ ਸਰ, ਬਹੁਤ ਸਾਰਾ ਜੀ ਆਇਆਂ ਨੂੰ ਯੂਕੇ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਲਹਿਮਰ ਸਿੰਘ ਜੀ ਲੱਦੜ, ਜੋਗਿੰਦਰ ਲੱਦੜ ਦਾ ਰੁਸਤਮੇ ਹਿੰਦ ਦਾ ਲਖਤੇ ਜਿਗਰ ਗਾਂਤਾ ਲੱਦੜ, ਪੀਟਾ ਲੱਦੜ, ਬਲਕਾਰ ਲੱਦੜ ਸਾਡੇ ਕੋਲ ਪਹੁੰਚੇ ਹਨ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਕੋਲ ਇੱਕ ਬਹੁਤ ਅਜੀਮ ਸ਼ਖਸੀਅਤ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਖਹਿਰਾ ਆਸਟ੍ਰੇਲੀਆ ਵਾਲੇ, ਜਿਹੜੇ ਕਬੱਡੀ ਦੇ ਬਹੁਤ ਵੱਡੇ ਪ੍ਰਮੋਟਰ ਹਨ ਆਪਣੇ ਨਗਰ ਖਹਿਰੇ ਮਾਝੇ, ਹਰ ਸਾਲ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਾਉਂਦੇ ਹਨ। ਉਹ ਅੱਜ ਸਾਡੇ ਕਾਲਾ ਸੰਘਿਆਂ ਦੇ ਇਸ ਕਬੱਡੀ ਕੱਪ ਤੇ ਪਹੁੰਚੇ ਹਨ। ਮੈਂ ਸਰਦਾਰ ਹਰਭਜਨ ਸਿੰਘ ਜੀ ਖਹਿਰਾ ਆਸਟ੍ਰੇਲੀਆ ਵਾਲਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਸਾਰਾ ਸਵਾਗਤ ਕਰਦਾ ਹਾਂ ਔਰ ਜੀ ਆਇਆਂ ਨੂੰ ਆਖਦਾ ਹਾਂ ਧੰਨਵਾਦ। ਓਵਰ ਟੂ ਗਰਾਊਂਡ। ਹੈਲੋ, ਲਓ ਮੇਰੇ ਪੰਜਾਬੀ ਵੀਰਿਓ, ਇਸ ਮੈਚ ਦੇ ਵਿੱਚ 19 ਪੁਆਇੰਟ ਨੇ ਕੋਟਲੀ ਥਾਂ ਸਿੰਘ ਦੇ ਤੇ 15 ਪੁਆਇੰਟ ਨੇ ਬੀਸੀ ਸਮਰਾਲੇ ਦੇ। ਬਹੁਤ ਪਿਆਰਾ ਮੈਚ ਸਾਹਮਣੇ ਦੇਖਾਂਗੇ, ਪੁਆਇੰਟ ਇੱਕ ਹੋਰ ਨੰਬਰ ਬੀਸੀ ਸਮਰਾਲਾ ਕਬੱਡੀ ਟੀਮ ਦੇ ਖਿਡਾਰੀ ਜੋੜਦੇ ਹੋਏ ਕਿ ਥਰ ਥਰ ਕੰਬਦੀ ਧਰਤੀ ਜਦੋਂ ਕਬੱਡੀ ਪਾਉਂਦੇ ਨੇ, ਕਈ ਰੇਡਰ ਤਾਂ ਅੰਬੜੀਅਰ ਦੇ ਪੰਛੀ ਲਾਉਂਦੇ ਨੇ, ਵਿੱਚ ਮੈਦਾਨੇ ਝੰਡੇ ਚੁੱਲਣ ਉੱਚੀਆਂ ਛਾਨਾਂ ਦੇ, ਕਿ ਜਿੱਧਰ ਲੰਘਣ ਚਰਚੇ ਹੋਣ ਤੂਫਾਨਾਂ ਦੇ। ਇਸ ਵੇਲੇ T2 ਇਸ ਵੇਲੇ ਮੈਦਾਨ ਦੇ ਵਿੱਚ ਕਹਿੰਦੇ ਸਾਡੇ ਸੁਖੀ ਬਰਾੜ ਦਾ ਪਿੰਡ ਚੰਡਿਆ ਹੋਇਆ ਤਿਆਰ ਕੀਤਾ ਹੋਇਆ, ਲਗਭਗ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਪੁਆਇੰਟ ਵੇਖਾਂਗੇ ਛੇਠੀ ਸਾਂਦਰਾ ਵਾਲਾ ਆਪਣੀ ਟੀਮ ਅੱਤੇ ਜੋੜਦਾ ਹੋਇਆ। ਚੱਲ ਵੀ ਸ਼ੇਰਾ ਪਾ ਕਬੱਡੀ ਮੈਦਾਨ ਦੇ ਵਿੱਚ ਇਸ ਵੇਲੇ ਗੋਲੂ ਕਬੱਡੀ ਪਾਉਂਦਾ ਹੋਇਆ, ਅਗਲੇ ਪਾਸੇ ਚਰਨੇ ਵਰਗੇ ਤਿਆਰ ਜੱਫੀ, ਜੱਸੇ ਵਰਗੇ, ਹਰਦੀਪ ਵਰਗੇ, ਸਰਬਜੀਤ ਵਰਗੇ, ਛਿੰਦੇ ਵਰਗੇ ਬਿਲਕੁਲ ਤਿਆਰ ਨੇ। ਪਰਮਜੀਤ ਸਿੰਘ ਕੋਚ ਪਲੱਥਾਂ ਵਾਲੇ ਵੇਖਾਂਗੇ ਕਿਹਦੇ ਹੱਕ ਦੇ ਵਿੱਚ ਵਿਸਲ ਮਾਰਦੇ ਤੇ ਪੁਆਇੰਟ ਬੀਸੀ ਸਮਰਾਲੇ ਖਾਤੇ ਜੋੜਦਾ ਹੋਇਆ। ਜਿਹੜੇ ਦਰਸ਼ਕ ਵੀਰ ਹੁਣੇ ਹੁਣੇ ਜੁੜੇ ਨੇ, ਨੋਟ ਕਰਨ, ਅੱਜ ਦਾ ਕਬੱਡੀ 6ਵੇਂ ਕਬੱਡੀ ਕੱਪ ਦਾ ਤੀਜਾ ਮੈਚ ਚੱਲਦਾ, ਜਿਹੜੀ ਟੀਮ ਪਿੰਡ ਵਾਲੇ ਪਾਸੇ ਹੈ ਕੋਟਲੀ ਥਾਨ ਸਿੰਘ ਦੀ ਹੈ, ਸੁਖੀ ਬਰਾੜ ਦੀ ਤਿਆਰ ਕੀਤੀ ਹੋਈ ਟੀਮ ਔਰ ਜਿੱਧਰੋਂ ਇਸ ਵੇਲੇ ਕਬੱਡੀ ਪੈ ਰਹੀ ਹੈ ਇਹ ਹੈ ਬੀਸੀ ਸਮਰਾਲਾ ਤੇ ਸਾਹਮਣੇ ਮੋਨੂ। ਹੈਲੋ, ਹਾਂਜੀ ਭਾਅ ਜੀ, ਇਸ ਮੈਚ ਤੋਂ ਬਾਅਦ ਨਾ ਜਿਹੜਾ ਸਾਡਾ ਪਿੰਡ ਪੱਧਰ ਦਾ ਮੈਚ ਓਪਨ ਦਾ ਪਿਆ ਹੈਗਾ ਉਹ ਹੋਊਗਾ ਜੀ, ਕਾਲਾ ਸਿੰਘਿਆ ਤੇ ਟੀਮਾਂ ਨੂੰ ਬੇਨਤੀ ਕੀਤੀ ਹੈ ਛੇਤੀ ਤੋਂ ਛੇਤੀ ਕੱਪੜੇ ਲਾ ਕੇ ਗਰਾਊਂਡ 'ਚ ਆ ਜਾਣ, ਇਸ ਮੈਚ ਤੋਂ ਬਾਅਦ ਜਿਹੜਾ ਅਗਲਾ ਮੈਚ ਆ ਉਹ ਓਪਨ ਦਾ ਹੋਊਗਾ। ਕਾਲਾ ਸੰਘਿਆ ਦੇ ਬਲ ਨਾ ਕਬੱਡੀ ਓਪਨ ਦਾ ਫਾਈਨਲ ਮੈਚ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤੇ ਇੱਧਰ ਵੇਖਾਂਗੇ ਪੁਆਇੰਟ। ਇਸ ਵੇਲੇ ਗੁਰਦਾਸ ਨਾਮ ਹੈ ਇੱਕ ਗੁਰਦਾਸ ਮਾਨ ਕਬੱਡੀ ਦਾ ਮਹਾਨ ਕਬੱਡੀ
कलाकार एक मेरी बेनती है सारे जिन्हें बैठे हैं तू एक कबड्डी प्लेयर है जे ग्राउंड खाली होगा कबड्डी खेल होगी एक मेरी बेनती है चार चार फुट छड़ दियो बैठो जिते मर्जी बैठो मैं नहीं कहता कुछ भी पर चार फुट थां छड़ दियो मोरे बाकी कोई काले होवे कोई निजरा दा होवे तू साडे सारे मेहमान आ राइट मैं कहीं बिस्ती से नहीं करने चाहता ना मैनू इंटरेस्ट है गल्लां च मैं कबड्डी खिलाउणा आ कबड्डी खिलाउणी आ जे तू नहीं मेरी गल मननी मैं मैच बंद कर दिंदा दलजीत सिंह जी मोना साहब बेनती भी सारे सैर से करा दो मेरी बेनती है जी ग्रिल लगी सारे मेरे वीर ग्रिल के परले पासे हो जाओ ग्रिल तो कोई भी अंदर ना पहुंचे मेहरबानी होगी सामने देखांगे इस वे सोनू घोड़ा तलवंडी चौधरी वाला सुखी बराड़ की टीम तिब्बत की अंक प्राप्त करता हुआ पहला मैं कह चुका कि सरदार सुरजन सिंह चट्ठा जी दुध धोती शख्सियत है जिन्होंने जिंदगी के लगभग 45-50 साल कबड्डी निशावर किए ने और 45 तो 50 लाख रुपया एक साल का वो मां खेड कबड्डी वड्डा मान करने वाली यह शख्सियत है तो सारे मान करो जो जी ग्रिल है उदो सारे मेरे भी पिछले पासे चल जाओ यह मेहरबानी होगी और सामने देखांगे गोलू फिर कबड्डी पाउंदा होया मेरी जिंदगी की प्यारी शख्सियत सर लेंबर सिंह लदर साहब भारतीय कबड्डी क्लब के प्रधान रिश्ते में हिंद पहलवान का प्यारा बेटा गणतंत्र पीटर लदर जी बलकार लदर जी साढ़े विचार पहुंचे ने और सामने देखांगे लगभग जफ्फा लगता हुआ और सामने पॉइंट कोटली थान सिंह टीम से जुड़ता हुआ हाँ जी इस मैच बाद दोनों टीमों को बेनती करते हैं ओपन का पिंड पर मुकाबला बल नौ ते काला सिंह है दोनों टीमें जल्दी ग्राउंड पहुंचने की खेचल करो अमना इस वे मुकंदपुरी कबड्डी पाता हुआ कदे 2009 कदे 10 दे विच बेस्ट बने पंजाब दे वख वखरे खेड मेलियां दा और सामने अमन मुकंदपुरिया साडा प्यारा वीर पम्मा गांधरा वाला इशारा करदा होगा पॉइंट तावी दे खाते जोड़दा होया दुनिया दा महान कबड्डी खिलाड़ी माजरम बजाय राणा बंज भी साडे विचकार पहुंचिया होया स्वागत है जी आ नू दुनिया दे महान प्रमोटर लाली ढेसी जी कनेडा वाले पहुंचे हुए ने और सामने देखांगे इस वेले शेरा कबड्डी पाउंदा होया लगभग 5 फुट ते 10 इंच लंबाई होवेगी कि उच्चा लम्मा गबरू ओदी उच्ची लम्मी हेक अल्लाह माए साहब हां कोणिया ते मैनू मुंडा लैण दे वेख भाई दर्शक सारे तारी मार के लगभग लक नूं वलेटा वज्जिया होया जान मुट्ठी दे विच आई होई और सामने देखांगे साडे प्यारे वीर तकदे होए कि पॉइंट बीसी समराले वास्ते जाफी एक होर अंक दा वादा करदा होया चल विशेरा पा कबड्डी मोनू मुकंदपुरिया कबड्डी पाउण वज जांदा होया खबे डौले ते टैडू खनमाया होया कहिंदे इस खुशहाल मंडी वाले खुशी जड़बे वाले ने अपने डौले ते अपने मामे की फोटो खनवाई हुई है मंगी बगे पिंड दा उहने अपने सरगवासे भांजे की फोटो अपने डौले ते टैडू बनवाया होया है और मंगा मिठा पुरदा ने अपने डौले ते बाबे दीप सिंह की फोटो खनवाई हुई ये यादा ने ये चाह है ये शौक है सामने गुरदास की कबड्डी पैंदी हुई कि माना विचों मान है गुरदास मान दा और सामने देखांगे पॉइंट गुरदास कोटरी वाला जोड़दा होया आ कबड्डी खिलाड़ी पिछले लगभग 10-11 साल तो कबड्डी का महान कबड्डी खिलाड़ी हाँ जी साडे प्रधान चट्ठा साहब कहिंदे आ कि पहला क्लबां दा मुकाबला होवेगा दोनों टीमों नूं बेनती है क्लबां दीआं तैयार होकर ग्राउंड दे विच आ जाना चौथा कबड्डी क्लबां दा मैच साडे नॉर्थ इंडिया कबड्डी फैडरेशन दे प्रधान सुरजन सिंह चट्ठा साहब कहिंदे कि पहला मैच कबड्डी दा होवेगा आ खिलाड़ी कहिंदे सुल्तानपुर दा तलवंडी चौधरी पिंड बड़ा मशहूर है जिन्हें बलकारे वर्गे जिन्हें तोड़े वर्गे जिन्हें बिके वर्गे जिन्हें कहिंदे वी रौनकी वर्गे खिलाड़ी पैदा किए उसे पिंड दा आ है सोनू घोड़ा भी कहें सोनू भी कहें बाबे जोगी का भतीजा और सामने देखांगे पॉइंट फैसल हाँ जी फिर मैं बेनती करा साडे चट्टा साहब वालों बेनती है कि दोनों क्लबां चौथे मैच दिया साडे प्यारे वीर पैंका जी माना वाली हॉलैंड कबड्डी 365 की बदौलत अपने काले संघे का खेड मेला तकते हुए साडे पैंका वीर जी काले संघिया वाले आ सामने बल्ले बल्ले होती हुई लै भी ऐसे और सामने पॉइंट वेखांगे सेठी लगभग वधिया पॉइंट अपनी टीम अते जोड़दा होया पॉइंट तावी दा पॉइंट बीसी समराले दा दोनों क्लबां नूं फिर बेनती करां साडे
प्रधान चट्ठा साहब वालों बेनती है कि चौथे मैच की दोनों क्लबा ग्राउंड आ जाए। आओ सामने देखो कि मुंडा इं चुमड़ा जिम्मे झपट मारदा चीता के यारो फड़ने सौखे नहीं लखा दुला ते कल जीता यारो फड़ने सौखे नहीं। कबड्डी वेखांगे असल शेरे दी और गुट नूं फड़ के कदे कृपाल साहब की गल कदी रत्ती टुब्बे की गल मैदान दे विच होई और सामने पॉइंट वेखांगे। हेलो बीसी समराज हां जी स्टेज दे अगे यार जिन्ने बंदे खड़े आ प्लीज बैठ जाओ पिछे जिहड़े बंदे स्टेज ते बैठे नहीं दिखदा जिन्ने भी स्टेज ते बंदे आ बैठ जाओ नहीं तां फिर पुलिस आ के सख्ती कराई जाऊगी। प्लीज बैठ जाओ जिन्ने स्टेज दे मूहरे खड़े आ। बहुत प्यारा मैच बीसी समराला ते कोटरी थान सिंह दोनों टीमों के विचकार खेले जा रहे सर सोच से चट्ठा जिहड़ा खुद आप 12 बजे दे काले संघ सर जमीन ते पहुंचे हुए ने 9 बजे दे। हाँ जी 9 बजे दे जी क्योंकि महेंद्र सिंह जी मौर दे नाल भरावां वाला प्यार है जसवीर घुग्गी होणा दे नाल दलजीत सिंह जी मोहरे होणा नाल हकीकत काकी होणा नाल। हाँ जी महेंद्र सिंह जी मौर वाकया ही साढ़े चट्ठा साहब कहिंदे साढ़े बापू ने साढ़े पदामा ने साढ़े बाबा बौड़ ने और जिन्होंने सारी जिंदगी महेंद्र सिंह मौर ने मानखेड़ कबड्डी तो निशावर की महेंद्र तो मौर बनिया मौर तो बाबा बौड़ बनिया। सो एक बार सारी संगत को मेरे वालों बेनती है अगर तुम कबड्डी को प्यार करते हो बापू महेंद्र सिंह मौर को प्यार करते हो तो जोरदार ताड़ा मारो पता लगे जोरदार ताड़ी सारे मेरे वीर मारनगे मेहरबानी धनवाद। अज बाबे कान दादी विसाई हुई नगरी एक काला संघ है नगर सपरे बेनती है बेनती है साढ़े देव जी या साढ़े जोगा जी साढ़े डॉक्टर हनी जी को बेनती है कि सपरे देव जी ग्राउंड पहुंची कर दो मेहरबानी होगी साढ़े खजाना मंत्री देव जी। पीने वाला पानी पानी भी ग्राउंड खत्म हो चुका है सो पीने वाले पानी जिस भी मेरे वीर की ड्यूटी लगी है वो पीने वाला पानी मुहैया करा दे ग्राउंड जसवीर घुग्गी जी खुद चल के आए ने और साढ़े विचकार कबड्डी के पदामा सत्कारयोग सरदूत सिंह जी रंधावा भी पहुंचे हुए ने मनसा टंडोवालिया वह भी साढ़े विचकार पहुंचे हुए ने महान पहलवान और साढ़े बहादुर सिंह जी शेरगिल जेडे कि वुलवरहैम्पटन तो पहुंचे ने भगता जी सलोह तो बाबा अमरीत सिंह जी आखांगे इस वे कहते गाजीपुरी हैप्पी है जिन्हें कबड्डी में उंगल खड़ी की है और उंगल खड़ी करके बहुत घट खिलाड़ी पॉइंट लेंगे ने यह जित का प्रतीक होंगी है ये अपने आप से प्रतीक होंगी है। चल भी सोनू पा फिर कबड्डी के कलगी तरद शमेश पिता जया दुनिया ते कोई होया ना चार पुतों ने कौम दुबारे एक भी लाल कोया ना के दसम पिता जया दुनिया ते कोई होया ना। सत्कारयोग कबड्डी जगत नूं वड्डी देन है लंबर सिंह जी लद्दड़ साहब जिन्होंने अपने नगर के दसवां गोल्ड कबड्डी कप 17 फरवरी कराया दिन सोमवार। सो पीर लद्दर जी गांता लद्दर मेरा परम प्यारा वीर पहुंचे हुए वड्डा माण करदे हो कबड्डी का और सेठी कबड्डी पाउंदा हो पटाके पैंदे हुए कि छड़दे छोटे वीरिया और करनी री शराबियां दी आ वेख पटाके पैंदे कबड्डी खेड़ पंजाबियां दी कबड्डी खेड़ पंजाबियां दी। आखिरी बेनती दोनों क्लबां नूं है दोनों क्लबां चौथे मैच दियां ग्राउंड दे आ जाना कुलजीता मुंसिया दा पहुंचिया भी जोरदार तारी कुलजीता वास्ते भी होगी कि यारो फड़ने सौखे ने दुल्ला लखा ते कुलजीता। मैं पहला भी गल की कुलजीता महान कबड्डी खिडारी साढ़े सोजन चट्टा साहब का चहेता खिडारी है चाहे बगे पिंड का मंगी होवे चाहे बगे पिंड का दुल्ला होवे ये चहेते खिडारी ने साढ़े सोजन सिंह जी चट्टा साहब के बहुत वधिया मैच चल रहा ग्राउंड और आखिरी पालों में मैच पहुंचा हुआ सामने खिलाड़ी कबड्डी पाँदा हुआ इस वे बह खिलाड़िया हुई अमना इस वे कबड्डी मंगंद भी पा के वधिया अंक अपनी टीम अगते जोड़ता हुआ अमना मुकंदपुरी है। चल भी शेरे पा फिर कबड्डी शेरे की पाई हुई कबड्डी के बेअदबा तो अदब नहीं होंदा चाहे झोली पाल समझ आईए उड़दे पंछी टेकना पैंदे चाहे बोर या बाजरा पाइए गई जवानी हाथ ना आउंदी लख खुराकां खाइए के गई जवानी हाथ ना आउंदी। साडे लाली जी कनेडा वाले बड़ा मान करदे होए अपने नगर काले संघां विच पहुंचे हुए और सामने प्रण शीरा
कोटली थान सिंह की टीम अति जोड़ता हो चल भी हैप्पी गाजीपुरी गाजीपुर के लखे निकल हुई और कहते भी गगनदीप सिंह गग्गी खीरा वाली पहुंची है बगे पिंडा मंगी पाउण के दर्शकों से प्यार कर दे तारा मार लो कुरल दो बार सितार बने सर फतेह सिंह का बहादुर बेटा गगनदीप सिंह गग्गी खीरा वाली साढ़े विचकार पहुंची है बगे पिंडा मंगी वो भी दो बार स्टार बने वो भी साढ़े विचकार पहुंची है। हाँ जी बैक ओवर टू स्टेज। हेलो हाँ जी अपने कैपिटल लोकल एरिया बैंक जिहड़ी काला सिंघां विच हुण नवीं ब्रांच खुली आ इन्हां दे जिहड़े मैनेजर विक्रम कोछड़ साहब ਸਾਡੇ ਓਪਨ ਦੇ ਮੈਚਾਂ ਵਿੱਚ ਬੈਸਟ ਰੇਡ ਦੇ ਬੈਸਟ ਜਾਫੀ ਨੂੰ ਮਾਈਕ੍ਰੋਵੇਵ ਓਵਨ ਨਾਲ ਸਨਮਾਨਿਤ ਕਰਨਗੇ ਪਲੀਜ਼ ਇਹਨਾਂ ਵਾਸਤੇ ਤਾੜੀ ਲਗਾ ਦਿਓ ਕਰੀ ਯਾਰਾ ਜਿਹੜੇ ਸਾਡੀ ਲੋਕਲ ਏਰੀਆ ਬੈਂਕ ਦੇ ਮੈਨੇਜਰ ਸਾਹਿਬ ਕੈਪਟਨ ਲੋਕਲ ਏਰੀਆ ਬੈਂਕ ਕਬੱਡੀ ਓਪਨ ਦੇ ਵਿੱਚ ਵੱਡਾ ਮਾਣ ਕਰਨਗੇ ਬੈਸਟ ਰੇਡਰ ਦੇ ਜਾਫੀ ਵਾਸਤੇ ਸਾਡੇ ਵਾਲੀ ਸਟੂਡੀਓ ਸਾਰੇ ਖੇਡ ਮੇਲੇ ਨੂੰ ਕਵਰ ਕਰਦੇ ਹੋਏ ਜੀ ਐਸ ਕਲੀਅਰ ਸਾਡੇ ਪਿਆਰੇ ਅਨਾਊਂਸਰ ਔਰ ਕੁਲਜੀਤ ਸਿੰਘ ਬਿਜਲੀ ਨੰਗਲ ਉਹ ਵੀ ਪਹੁੰਚੇ ਹੋਏ ਨੇ ਆਖਰੀ ਪਲਾਂ ਵਿੱਚ ਪਹੁੰਚਿਆ ਹੋਇਆ ਮੈਚ ਅਮਰਾ ਮੁਕੰਦਪੁਰੀ ਆ ਕਬੱਡੀ ਪਾਉਂਦਾ ਹੋਇਆ ਆਓ ਸਾਹਮਣੇ ਦੇਖਾਂਗੇ ਪੁਆਇੰਟ ਇਸ ਵੇਲੇ ਬੀਸੀ ਸਮਰਾਲੇ ਵੱਤੇ ਪੰਮਾ ਕੋਚ ਇਸ਼ਾਰਾ ਕਰਦੇ ਹੋਏ ਪੁਆਇੰਟ ਬੀਸੀ ਸਮਰਾਲੇ ਦਾ ਜਸਵੀਰ ਘੁੱਗੀ ਜੀ ਦੇ ਭਾਜੀ ਲੈਫਟ ਲੈ ਕੇ ਆਇਓ ਉਹਨਾਂ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਛੇਵੇਂ ਕਬੱਡੀ ਕੱਪ ਵਿੱਚ ਮਾਈਕ ਸੱਦਾ ਦਿੱਤੀ ਹੈ ਕਿਉਂਕਿ ਇੰਡੀਆ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਇਹ ਮਾਇਆ ਆਉਂਦੀ ਆ ਹਰ ਸਾਲ ਉਹਨਾਂ ਦਾ ਨਹੀਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਸਾਡੇ ਪ੍ਰਧਾਨ ਸਾਹਿਬ ਜਸਵੀਰ ਘੁੱਗੀ ਜੀ ਜੋ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਸਾਡਾ ਦੇਵ ਖਜ਼ਾਨਾ ਮੰਤਰੀ ਕਾਲਾ ਸਿੰਘਾਂ ਵਾਲੇ ਦੇ ਜੋ ਕਿ ਇਹ ਛੇਵੇਂ ਕਬੱਡੀ ਕੱਪ ਦੇ ਖਜ਼ਾਨਾ ਮੰਤਰੀ ਹੈ ਡਾਕਟਰ ਹਨੀ ਜੀ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਹਾਂ ਸਾਡੇ ਸਤਿਕਾਰਯੋਗ ਔਰ ਹਨੀ ਭਾਅ ਜੀ ਆਇਓ ਮਾੜਾ ਜਿਹਾ ਔਰ ਅੰਮ੍ਰਿਤਪਾਲ ਸਿੰਘ ਜੀ ਕੈਨੇਡਾ ਵਾਲੇ ਇਹ ਸਾਨੂੰ 50,000 ਰੁਪਇਆ ਯੋਗਦਾਨ ਦਿੰਦੇ ਹੈ ਮੱਖਣ ਸਿੰਘ ਜੀ ਕੈਨੇਡਾ 50,000 ਰੁਪਇਆ ਸੁਖਵਿੰਦਰ ਸਿੰਘ ਜੀ ਟਿਊ USA ਤੋਂ 50,000 ਰੁਪਇਆ ਨਰਮਲ ਸਿੰਘ ਜੀ ਔਰ ਸਾਡੇ ਨੀਲੂ UK ਵਾਲੇ 10,000 ਰੁਪਇਆ ਦਲਜੀਤ ਸਿੰਘ ਜੀ ਸੋਲ UK ਤੋਂ 50,000 ਰੁਪਇਆ ਗੁਰਦੇਵ ਸਿੰਘ ਜੀ ਪੰਛੀ ਔਰ ਸਾਡੇ ਇਕਬਾਲ ਸਿੰਘ ਜੀ ਬੱਗਾ ਤੇ ਬਿੰਦਰ USA ਵਾਲਾ ਇਹ ਸਾਨੂੰ 1,10,200 ਰੁਪਇਆ ਦਿੰਦੇ ਆ ਔਰ ਸਾਡੇ ਸੁਖਮਨ ਬੈਂਸ ਸੁੱਖੀ USA ਵਾਲਾ 25,000 ਰੁਪਇਆ ਸਿੰਦਰਪਾਲ ਦੁਬਈ ਵਾਲੇ 15,000 ਰੁਪਇਆ ਰੇਸ਼ਮ ਸਿੰਘ ਸਾਨਵ ਜਗਿੰਦਰ ਸਿੰਘ ਜੀ 1,100 ਰੁਪਇਆ ਲਿੰਬਰ ਸਿੰਘ ਜੀ ਸਰਪੰਚ 500 ਰੁਪਇਆ ਸਿੰਗਾਰਾ ਸਿੰਘ ਜੀ ਸਾਬਕਾ ਸਰਪੰਚ 500 ਰੁਪਇਆ ਵੀਰਾ ਦੁਬਈ ਵਾਲਾ 15,000 ਰੁਪਇਆ ਤੇਜਿੰਦਰ ਸਿੰਘ ਤੋਚੀ ਔਰ ਸਾਡੇ ਕਾਲਾ ਸਿੰਘਾਂ ਵਾਲੇ 50,000 ਰੁਪਇਆ ਯੋਗਦਾਨ ਪਾਉਂਦੇ ਆ ਔਰ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਜੀ ਪੱਪੂ USA ਵਾਲੇ ਔਰ 81,000 ਰੁਪਇਆ ਜਤਿੰਦਰ ਸਿੰਘ ਜੀ ਲਾਲੀ ਕੈਨੇਡਾ ਵਾਲੇ 50,000 ਰੁਪਇਆ ਜਸਵੀਰ ਸਿੰਘ ਜੀ ਘੁੱਗੀ UK ਵਾਲੇ 50,000 ਰੁਪਇਆ ਅਜਮੇਰ ਸਿੰਘ ਜੀ ਬੱਬੀ USA ਵਾਲੇ 1,10,000 ਰੁਪਇਆ ਹਕੀਕਤ ਸਿੰਘ ਜੀ ਹਕੀਕੀ UK ਵਾਲਾ ਹਕੀਕਾ 50,000 ਰੁਪਇਆ ਰਾਮਾ ਮਲੰਗਣ UK ਵਾਲਾ ਔਰ 50,000 ਰੁਪਇਆ ਗੁਰਦਾਵਰ ਸਿੰਘ ਜੀ ਕੈਨੇਡਾ ਵਾਲੇ 10,000 ਰੁਪਇਆ ਹਰਵਿੰਦਰ ਸਿੰਘ ਜੀ ਕਾਲਾ ਸਿੰਘਾਂ ਮਲੀਲੇ ਤੋਂ 21,000 ਰੁਪਇਆ ਗੁਰਚੇਤ ਸਿੰਘ ਔਰ ਸਾਨੂੰ ਰੇਸ਼ਮ ਸਿੰਘ ਜੀ ਔਰ ਸਾਡੇ ਦੀਪਾ ਨਿਊਜ਼ੀਲੈਂਡ ਅਤੇ ਸਰਦਾਰ ਅਵਤਾਰ ਸਿੰਘ ਜੀ ਮਾਣਾ 33,000 ਰੁਪਇਆ ਸਲਵਿੰਦਰ ਸਿੰਘ ਜੀ UK 30,000 ਰੁਪਇਆ ਪ੍ਰਦੁਮਨ ਸਿੰਘ ਜੀ ਨਾਰਵੇ ਵਾਲੇ 10,000 ਰੁਪਇਆ ਸ੍ਰੀ ਸ਼ਾਮ ਲਾਲ ਨਾਰਵੇ ਵਾਲੇ 10,000 ਰੁਪਇਆ ਦੀਪਾ ਸਾਡਾ ਵੀਰ ਔਰ ਸੀਮੈਂਟ ਸਟੋਰ ਵਾਲੇ 2,000 ਰੁਪਇਆ ਮੇਜਰ ਸਿੰਘ ਜੀ ਫੁੱਲ UK ਵਾਲੇ 100 ਪਾਉਂਡ ਮੱਖਣ ਸਿੰਘ ਜੀ ਔਰ ਸਾਡੇ UK ਤੋਂ ਔਰ 200 ਪਾਉਂਡ ਬਿੰਦਰ ਡੱਬ UK ਤੋਂ 100 ਪਾਉਂਡ ਬਹਾਦਰ ਸਿੰਘ ਜੀ UK ਵਾਲੇ ਔਰ ਸਾਡੇ 300 ਪਾਉਂਡ ਮਾਣਾ ਰਾਣਾ ਸਾਊਥਾਲ UK ਵਾਲਾ 200 ਪਾਉਂਡ ਸੱਜਣ ਸਿੰਘ ਜੀ UK ਵਾਲੇ 50 ਪਾਉਂਡ ਔਰ ਦਵਿੰਦਰ ਸਿੰਘ ਜੀ UK 50 ਪਾਉਂਡ ਗੁਰਦੀਪ ਸਿੰਘ ਜੀ ਦੀਪਾ UK ਔਰ ਸਾਡੇ 10,000 ਰੁਪਇਆ ਸਰਨਜੀਤ ਸਿੰਘ ਜੀ ਕੈਨੇਡਾ ਵਾਲੇ 5,000 ਰੁਪਇਆ ਔਰ ਸ੍ਰੀ ਸਿਵਚਰਨ ਸਿੰਘ ਜੀ UK ਵਾਲੇ 10,000 ਰੁਪਇਆ ਜਗਤਾਰ ਸਿੰਘ ਜੀ ਘੋਗੀ UK ਵਾਲਾ 20,000 ਰੁਪਇਆ ਜਸਵਿੰਦਰ ਸਿੰਘ ਜੀ ਪੱਪੂ ਔਰ ਖੱਬਾ UK ਵਾਲਾ ਜੋ ਕਿ 50,000 ਰੁਪਇਆ ਯੋਗਦਾਨ ਪਾਉਂਦਾ ਹੈ ਅਸੀਂ ਆਪਣੇ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਹਾਂ
परमजीत सिंह जी बसन और 1000 रुपया और साढ़े हरभजन सिंह जी भजी खैरा और साढ़े आस्ट्रेलिया तो आस्ट्रेलिया वाले लवाया सिंह जी सरपंच साहब और साढ़े हरभजन सिंह जी भजी खैरा आस्ट्रेलिया वाले 5000 रुपया लवाया सिंह जी सरपंच 500 रुपया डॉक्टर राम सिंह जी लवाया जी मैंबर पंचायत 200 रुपया अवतार सिंह जी लंबदार साहब और 500 रुपया मान भेजते हैं इन्हों दादी सज्जणों का बहुत बहुत धन्यवाद रखते हैं साढ़े सत्कारयोग वीर जिन्होंने छेवें कबड्डी कप में योगदान पाया है असं बहुत बहुत धन्यवाद रखते हैं शिवचरण बिट्टू जी साढ़े बहुत ही सत्कारयोग सरदार प्यारा सिंह जी गमटाला साहब साढ़े विचकार पहुंचे हैं जिन्होंने सानू इंग्लैंड दिखाया पहली बार इंग्लैंड गए गोरियां दा मुल्क वेख्या वो देखिया सरदार प्यारा सिंह जी गमटाला साहब की बदौलत गमटाला साहब जी आया मैं कलेर आप जी नूं जी आया आखदा मौर साहब वालों दलजीत सिंह मोहने साहब वालों चट्ठा साहब वालों प्यारा सिंह गमटाला साहब का बहुत बहुत धन्यवाद नाल साडा बिंदर वीर गमटाले तो पहुंचा भगत जी गमटाले वाले हो ताडा चाचा प्यारा सिंह जी गमटाला साहब पहुंचा है मैं ते जनाब अरविंद कुशत जी थैंक यू क्लियर लो जी इस वेले जो पहला मैच चल रहा तीजा कबड्डी का मैच कोटली थान सिंह ते बीसी समराला बीसी समराला टीम जी है वह जेतू रही है हुण बहुत वड्डा मैच ग्राउंड दे विचकार शुरू होने लगा है एक पासे चमकौर साहिब की कबड्डी क्लब होगी और दूसरे पासे इंटरनेशनल पिस्टोर कबड्डी क्लब संगरूर की टीम होगी जी मेरे तो खब्बे पासे चढ़दे पासे टीम होगी बहुत वड्डा मैच मैं फिर बेनती करा भाई जेडे मेरे वीर ग्रिल तो अंदरले पासे बैठे ने हेलो वो थोड़ा थोड़ा साइड ते हो जान अगली गल मैक ते जनाब हेलो हेलो हाँ जी छोटे वीर बेनती वाली गल है यार जेडे स्टेज ते बैठे दीदा कोह नहीं तुसीं आखे के लगदे नहीं फिर प्लीज सद्दांगे फिर तुसीं मन्नोगे जा बह जाओ जा परे चल जाओ प्लीज मेहनत वाली गल आ वो जेडे साडे बंदे पैसे दे के बैठे आ पिछे उन्हां नूं दिसदा कोह नहीं गा ना तुसीं आखे लगदे आ इसे करके असि पुलिस की ड्यूटी लाई गए रिस्पेक्ट वाले बंदे आखे लगते नहीं किसी असि इस करके नहीं टूरनामेंट कराते कि खप पवे पुलिस मेहनत वाली गल हाथ जोड़ के बेनती करते हैं बह जाओ इधर पुलिस जाओ आखे लगो जो मुड़ के कोई खड़ा होया असि बाहर कड़ देना फिर आगे पुलिस आने लगी है धन्यवाद मैं बेनती करा बी सारे वीर भी मेन स्टेज के सामने कोई आके ना खड़ा होवे साडे प्रमोटर बैठे ने जिहड़े साडे दानी सज्जण ने जिन्होंने सानू वड्डा मान दिता है उन्होंने सामने आपां कंध बन के खड़ जांदे आ अवल ते आस गेट के सामने किसी नूं बहना भी नहीं चाहीदा जे कोई गल पढ़िया लिखिया लई आपां करिए ते क्योंकि इधरों आउणा जाणा सारिआं ने आ हुण मैच वेखीए पंजाब दी मां खेड कबड्डी दा बब्बर शेबा वाले भेड राणा हेयर कैलगरी कनेडा तों साडे वड्डे प्रमोटर पहुंचे हन मैं बहुत सारा सत्कार करता हाँ लाली ढेसी का शहीद बलबीर सिंह स्पोर्ट्स क्लब कैलगरी राणा हेयर हरभजन सिंह जी खैरा ऑस्ट्रेलिया वाले खैरा माझा बहुत बड़ा टूरनामेंट हर साल करवाया जाता है लैंबर सिंह जी लदड़ मान है सानू यूके कबड्डी फेडरेशन के सबका प्रधान पीटा लदड़ बलकार लदड़ साढ़े को पहुंचे सरदार रणजीत सिंह जी अमृतसर तो अजैब सिंह जी जर्मन तो त्रिलोचन सिंह जी काकी जर्मन तो सरदार बलकार सिंह जी हरनामपुरा साडे प्रधान साहब इन्हां सारे वीरां दा बहुत सारा धन्यवाद और बहादुर शेरगिल जी सैकटरी जनरल साबका यूके कबड्डी फेडरेशन अवताप सिंह जी शेरगिल दे भाई साहब साडे वीर गुरदेव सिंह जी बोला मोहन सिंह जी मोहनी कंदोला साहब वड्डे प्रमोटर पहुंचे हन मैं सारिआं दा स्वागत करदा हाँ काला संघिआं नूं एक वड्डी देण है भाई जी एस संघा स्पोर्ट्स अथॉरिटी ऑफ इंडिया का कबड्डी कोच मैदान दे विच इस वेले बल नौ दा बब्बर शेर कबड्डी पाउण लई तुर पिया जवानों मैदान दे विच अगे रणजीत सिंह बाबा ढंडरियां वाला आ कनी दे उपर बहुत वधिया अंतरराष्ट्रीय जाफी मैदान दे विच परनगे जफे सुखी बराड़ जी पहला सैमीफाइनल मुकाबला बीसी समराला ते बच्छोवाल दीआं टीमां दे दरम्यान होवेगा बीसी समराला ते बच्छोवाल हैप्पी कटाला बेट बहुत वड्डी रेड हैप्पी कटाला बेट दी अगे भी बब्बर शेर भाई
ਮੰਗੀ ਕਾਲੂ ਮਹਿੜੂ ਨਰਵੈਲ ਬਹੁਤ ਵਧੀਆ ਪਹਿਲਾ ਵਰਲਡ ਕੱਪ ਮੰਗੀ ਨੇ 44 ਵਾਰ ਲੱਗਣ ਦੀ ਕੋਸ਼ਿਸ਼ ਕੀਤੀ 25 ਜੱਫੇ ਲਾ ਕੇ ਬੈਸਟ ਟੌਪਰ ਬਣ ਗਿਆ ਵਰਲਡ ਕਬੱਡੀ ਕੱਪ ਦਾ ਆ ਜਾਂਦਾ ਜੇ ਕੁਲਜੀਤਾ 68 ਕਬੱਡੀਆਂ ਪਾਈਆਂ 65 ਨੰਬਰ ਲੈ ਕੇ ਪਹਿਲੀ ਵਾਰ ਮੰਗੀ ਤੇ ਕੁਲਜੀਤਾ ਬੈਸਟ ਧਾਵੀ ਤੇ ਬੈਸਟ ਟੌਪਰ ਬਣੇ ਇਹ ਆ ਕੁਲਜੀਤਾ ਮਲਸੀਆਂ ਦਾ ਬਹੁਤ ਵੱਡਾ ਮਾਣ ਹੈ ਸਾਨੂੰ ਔਰ ਇਸ ਵੇਲੇ ਨੰਬਰ ਲੈ ਕੇ ਘਰ ਨੂੰ ਸੰਦੀਪ ਬਦੇਸ਼ਾ ਇੰਗਲੈਂਡ ਕਬੱਡੀ ਖੇਡਿਆ ਜਵਾਨੋ ਬਹੁਤ ਵੱਡੀ ਰੇਡ ਹੈ ਅੱਜ ਮਾਣ ਹੈ ਸਾਨੂੰ ਕਿ ਸੰਦੀਪ ਬਦੇਸ਼ੇ ਵਰਗੇ ਨੌਜਵਾਨ ਬੱਬਰ ਸ਼ੇਰ ਕਹਿੰਦੇ ਸ਼ੇਰਾਂ ਦੇ ਝੁੰਡ ਨਹੀਂ ਹੁੰਦੇ ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ ਤੇ ਲਾਲਾਂ ਦੀਆਂ ਖਾਣਾਂ ਨਹੀਂ ਹੁੰਦੀਆਂ ਇਹ ਗਿਆ ਜੇ ਬੱਬਰ ਸ਼ੇਰ ਕਾਲੂ ਤੇ ਕਬੱਡੀ ਪਈ ਹੈ ਕਾਲੂ ਆ ਕੰਨੀ ਦੇ ਉੱਪਰ ਮੰਗੀ ਬੱਗਾ ਪਿੰਡ ਹਲਕਾ ਸ਼ਾਹਕੋਟ ਦਾ ਇਹ ਬੱਬਰ ਸ਼ੇਰ ਜਿਹਨੇ ਦੁਨੀਆਂ ਡੱਕੀ ਜਵਾਨੋ ਆ ਲਗਾ 2 ਨੰਬਰ ਤੋਂ ਬਹੁਤ ਵਧੀਆ ਬਹੁਤ ਵਧੀਆ ਜਾਫੀ ਸੁਖਿਆ ਨਹਿਰੀਸਾ ਤਰੀਆਂ 13 ਕਬੱਡੀਆਂ ਚੋਂ 13 ਅੰਕ ਲੈਣ ਦਾ ਮਾਣ ਮਿਲਿਆ ਖੀਰਾਂ ਵਾਲੇ ਗੱਗੀ ਨੂੰ ਉਹ ਬਹੁਤ ਵੱਡੀ ਮਾਣ ਹੈ ਟਰੈਕਟਰ ਘਰ ਨੂੰ ਲੈ ਗਿਆ ਜਵਾਨੋ ਅੱਜ ਪੰਜਾਬ ਸਰਕਾਰ ਵੱਲੋਂ ਟਰੈਕਟਰ ਪ੍ਰੀਤ ਟਰੈਕਟਰ ਵੰਡੇ ਗਏ ਗੱਗੀ ਖੀਰਾਂ ਵਾਲੀ ਦਾ ਟਰੈਕਟਰ ਦਾ ਮਾਲਕ ਬਣ ਗਿਆ ਉਧਰ ਬਾਬੇ ਤੇ ਕਬੱਡੀ ਪਈ ਆਹ ਖੁੱਚ ਕੱਢੀ ਜਵਾਨ ਨੇ ਬਹੁਤ ਵਧੀਆ ਪ੍ਰਗਟ ਬਲੌਂਗੀ ਵਾਲਾ ਪ੍ਰਗਟ ਕਹਿੰਦੇ ਆ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨੋਨੀ ਚਮਕੌਰ ਸਾਹਿਬ ਦੀ ਚਮਕੌਰ ਸਾਹਿਬ ਦੀ ਧਰਤੀ ਦਾ ਇਹ ਨੋਨੀ ਚਮਕੌਰ ਇਸ ਕੱਚੀ ਚਮਕੌਰ ਦੀ ਗੜੀ ਮੋਰੇ ਕਿਹੜਾ ਦਿੱਲੀ ਦਾ ਅਸੀਂ ਝੁਕਾ ਦੇਵਾਂਗੇ ਸੁਖਿਆ ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਵਾਂਗੇ ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਮੈਂ ਮੋਹਨ ਸਿੰਘ ਜੀ ਮੋਹਣੀ ਕਦੋਲਾ ਸਾਹਿਬ ਜਿਹੜੇ ਪ੍ਰਮੋਟਰ ਹਨ ਪੰਜਾਬ ਦੀ ਮਾਰਕੀਟ ਕਬੱਡੀ ਦੇ ਮਾਣ ਹੈ ਸਾਨੂੰ ਪ੍ਰਧਾਨ ਰਣਜੀਤ ਸਿੰਘ ਢੰਡਾ ਪੰਜਾਬ ਯੂਨਾਈਟਡ ਦਾ ਪ੍ਰਧਾਨ ਸਾਡੇ ਸਤਿਕਾਰਯੋਗ ਬਹੁਤ ਵੱਡਾ ਮਾਣ ਹੈ ਸਾਨੂੰ ਕਾਲਾ ਸਿੰਘਿਆਂ ਦੇ ਪ੍ਰਧਾਨ ਸਾਹਮਣੇ ਵੇਖੋ ਇਹ ਲਗਾ ਬਾਬਾ ਢੰਡਰੀਆਂ ਵਾਲਾ ਬਹੁਤ ਵਧੀਆ ਹਰਪਾਲ ਦੀ ਕਬੱਡੀ ਪਈ ਹੈ ਜਵਾਨੋ ਪੰਡੋਰੀ ਵਾਲਾ ਹਰਪਾਲ ਕਹਿੰਦੇ ਆ ਇਸ ਬੱਬਰ ਸ਼ੇਰ ਨੂੰ ਅੱਜ ਭੇੜ ਹੋਣਗੇ ਸਾਨਾਂ ਮਹਾਬਲੀ ਭਲਵਾਨਾਂ ਦੇ ਕੋਈ ਬਚ ਬਚਾ ਕੇ ਨੰਗਣਗੇ ਕੋਈ ਅੱਗੇ ਹੋ ਹੋ ਡੱਕਣਗੇ ਕੋਈ ਭਰਿਆ ਮੇਲਾ ਲੁੱਟਣਗੇ ਅੱਜ ਪੇੜ ਹੋਣਗੇ ਸਾਨਾਂ ਦੇ ਸਾਨ ਮਹਾਬਲੀ ਇਹ ਖੇਡ ਹੈ ਵੀਰ ਜਵਾਨਾਂ ਦੀ ਇਹ ਕਾਲਿਆਂ ਬੱਗਿਆਂ ਸਾਨਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਬਈ ਹੱਟ ਕਬੱਡੀ ਯਾਰਾਂ ਦੀ ਕਾਲਾ ਮਹਿੜੂ ਨੰਬਰ ਲਿਆ ਔਰ ਬਹੁਤ ਵਧੀਆ ਰੇਡ ਔਰ ਬਹੁਤ ਵੱਡੇ ਵੱਡੇ ਪ੍ਰਮੋਟਰ ਦਾ ਹਰਭਜਨ ਸਿੰਘ ਜੀ ਖਹਿਰਾ ਸਾਹਿਬ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅੱਜ ਮਾਣ ਹੈ ਸਾਨੂੰ ਇਹਨਾਂ ਪ੍ਰਵਾਸੀ ਭਾਰਤੀ ਵੀਰਾਂ ਉੱਪਰ ਜਿਹੜੇ ਆਪਣੇ ਨਗਰ ਆ ਕੇ ਵੱਡੇ ਖੇਡ ਮੇਲੇ ਕਰਾਉਂਦੇ ਹਨ ਜਿਉਣਾ ਮੋੜ ਦੀਆਂ ਗੱਲਾਂ ਹੋਈਆਂ ਤੇ ਮਹਿੰਦਰ ਮੋੜ ਦੀਆਂ ਗੱਲਾਂ ਮੈਂ ਗੱਲ ਕਰਦਾ ਹੁਣ ਗਰੀਬਾਂ ਦਾ ਹਮਦਰਦ ਜਿਉਣਾ ਮੋੜ ਤੇ ਨਾਲ ਸਾਹਮਣੇ ਵੇਖੋ ਜਵਾਨੋ ਮੁੰਡੇ ਨੇ ਬਹੁਤ ਵਧੀਆ ਕਲਾਵੇ ਚ ਲਿਆ ਲੇਕਿਨ ਆਹਾ ਬੱਲੇ ਉਹ ਤੇਰੇ ਉਡਾਰੀਆਂ ਕਦੇ ਆਉਣ ਹਨੇਰੀਆਂ ਕਦੇ ਜਾਣ ਹਨੇਰੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਪ੍ਰਣਾਮ ਹੈ ਜਿੱਥੇ ਜ਼ਾਲਮ ਸਰਕਾਰ ਨੇ ਬਹੁਤ ਜ਼ੁਲਮ ਢਾਏ ਬਹੁਤ ਵੱਡਾ ਇਤਿਹਾਸ ਕੋਈ ਬੈਠੀ ਹੈ ਧਰਤੀ ਸਰਹੰਦ ਦੀ ਧਰਤੀ ਜਿੱਥੇ ਜਿਉਂਦੇ ਬੱਚਿਆਂ ਨੂੰ ਉਸ ਕੰਧ ਦੇ ਵਿੱਚ ਚਿਣਵਾ ਦਿੱਤਾ ਗਿਆ ਕਰਮ ਸਿੰਘ ਸਫਰੀ ਨੇ ਲਿਖਿਆ ਰਾਜ ਰੋਇਆ ਮਜ਼ਦੂਰ ਨੇ ਢਾਹ ਮਾਰੀ ਜਿੰਦ ਗਾਰੇ ਦੀ ਢਿਲਕਦੀ ਜਾਣ ਲੱਗੀ ਇੱਟਾਂ ਚੀਕੀਆਂ ਸਾਨੂੰ ਨਾ ਲਾਇਓ ਤੇ ਅਸੀਂ ਉਹਨਾਂ ਦੇ ਪਾਸੜੇ ਉਡਾਉਣ ਲੱਗੀ ਭੱਜ ਗਾਰੇ ਦੇ ਭੱਜ ਜਲਾਦ ਗਿਆ ਮਾਤਾ ਗੁਜਰੀ ਨੂੰ ਜਾ ਕੇ ਕਹਿਣ ਲੱਗਾ ਇੱਕ ਜੋੜਾ ਮਸੂਮਾਂ ਦਾ ਰਹਿ ਗਿਆ ਸੀ ਅੱਜ ਲੱਗਦਾ ਮੈਨੂੰ ਨਹੀਂ ਰਹਿਣ ਲੱਗਾ ਮਾਤਾ ਭੋਲੀਏ ਉੱਠ ਕੇ ਵੇਖ ਤੇ ਸਹੀ ਤੇਰੇ ਲਾਲ ਦੇ ਲਾਲ ਹੋ ਜਾ ਰਹੇ ਨੇ ਰੇਸ਼ਮ ਵਿੱਚ ਲਪੇਟ ਕੇ ਰੱਖਦੇ ਸੀ ਇੱਟਾਂ ਵਿੱਚ ਲਪੇਟੇ ਜਾ ਰਹੇ ਨੇ ਅੱਜ ਵੇਖੋ ਸਾਹਮਣੇ ਕਬੱਡੀ ਇਹ ਮਹਾਬਲੀ ਮਾਵਾਂ ਦੇ ਬਲੀ ਪੁੱਤ ਖੇਡਦੇ ਕਬੱਡੀ ਬਲ ਨੌ ਵਾਲਾ ਦੀਪੇ ਨੂੰ ਬਹੁਤ ਵਧੀਆ ਜੱਫਾ ਬਹੁਤ ਵਧੀਆ ਜੱਫਾ ਧੂੜਾਂ ਉੱਡਦੀਆਂ ਜਿਸ ਵੇਲੇ ਜਵਾਨੀ ਮਿਲਦੀ ਆ ਪ੍ਰਗਟ ਬੱਲੇ ਪ੍ਰਗਟ ਨਹੀਂ ਦਿਸਾ ਤੇਰੀਆਂ ਇੱਕ ਪ੍ਰਗਟ ਸਿੰਘ ਨੇ ਹਿੰਦੁਸਤਾਨ ਦੀ ਹਾਕੀ ਦੀ ਨੁਮਾਇੰਦਗੀ ਕੀਤੀ ਆ ਆ ਚੱਲਿਆ ਜੇ ਵਿਦੇਸ਼ਾ ਸੰਦੀਪ ਵਿਦੇਸ਼ਾ ਭਾ ਕਬੱਡੀ ਵਿਦੇਸ਼ਿਆ ਵਾਲੇ ਸੁਖਿਆ ਲਾ ਜੱਫਾ ਕਾਲੂ ਪਰ ਮੰਗੀ ਕਲਾਵੇ ਚ ਲਾ ਜਵਾਨਾ
ਲੈ ਕਲਾਵੇ ਚ ਸੰਦੀਪ ਦੇਸ਼ੇ ਨੂੰ ਪਤਾ ਲੱਗ ਜੇ ਵੀ ਮੰਗੀ ਦੁਨੀਆਂ ਦਾ ਮਹਾਨ ਜਾਫੀ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਖੇਡਣ ਆਇਆ ਕਾਲਾ ਸੰਘਿਆਂ ਦੀ ਧਰਤੀ ਤੇ ਆ ਜੱਫਾ ਇਹ ਹੈ ਜੱਫਾ ਇਹ ਹੈ ਮੰਗੀ ਦਾ ਜੱਫਾ ਖਿੱਚ ਕੇ ਜੱਫਾ ਤੁੰਨ ਕੇ ਜੱਫਾ ਮੰਗੀ ਬੱਗੇ ਦਾ ਜੱਫਾ ਸੰਦੀਪ ਦੇਸ਼ੇ ਨੂੰ ਜੱਫਾ ਆਓ ਜਾਂਦਾ ਜੀ ਨੰਬਰ ਵਾਲੀ ਮਸ਼ੀਨ ਚੱਲੀ ਹੈ ਹਿੰਦੁਸਤਾਨ ਦੀ 68 ਕਬੱਡੀਆਂ 65 ਨੰਬਰ ਪਹਿਲਾ ਟਰੈਕਟਰ ਦੇ ਉੱਪਰ ਚੜ੍ਹੇ ਜੱਟ ਨੇ ਮਾਣ ਮਹਿਸੂਸ ਕੀਤਾ ਵੀ ਅੱਜ ਪੰਜਾਬ ਸਰਕਾਰ ਨੇ ਮੈਨੂੰ ਟਰੈਕਟਰ ਦਿੱਤਾ ਸਰਦਾਰ ਬਹੁਤ ਵੱਡਾ ਹਾਂਜੀ ਸਰ ਪੈਰਾ ਸਿੰਘ ਜੀ ਗਮਟਾਲਾ ਸਾਹਿਬ ਕੁਲਜੀਤੇ ਦੀ ਰੇਡ ਵੇਖ ਰਿਹਾ ਕਿਆ ਬਾਤ ਹੈ ਹਾਂਜੀ ਹਾਂਜੀ ਕਿਉਂਕਿ ਕੁਲਜੀਤਾ ਪੈਰਾ ਸਿੰਘ ਗਮਟਾਲਾ ਸਾਹਿਬ ਨੂੰ ਮਾਮਾ ਆਖਦਾ ਮਾਮਾ ਜੀ ਬਿਲਕੁਲ ਠੀਕ ਹੈ ਮਾਮਾ ਜੀ ਸਤਿਕਾਰ ਦਿੰਦਾ ਹੈ ਕੁਲਜੀਤਾ ਮੈਂ ਸੁਲਤਾਨੀ ਗਵਾਹ ਹਾਂ ਕਿ ਬਹੁਤ ਪਿਆਰ ਦਿੱਤਾ ਹੈ ਪਿਆਰਾ ਸਿੰਘ ਜੀ ਗਮਟਾਲਾ ਸਾਹਿਬ ਨੇ ਕੁਲਜੀਤੇ ਨੂੰ ਮੇਰੇ ਵੀਰ ਸੋਢੀ ਭਾਣਜੇ ਨੇ ਬਹੁਤ ਪਿਆਰ ਦਿੱਤਾ ਹੈ ਗਮਟਾਲਾ ਸਾਹਿਬ ਇਹ ਤੁਹਾਡਾ ਪਿਆਰ ਹੀ ਹੈ ਜਿਹੜਾ ਦੁਨੀਆਂ ਦੇ ਵਿੱਚ ਇਸ ਵੇਲੇ ਵੇਖੋ ਸਾਹਮਣੇ ਗਰਮ ਹੋ ਗਈ ਜੇ ਮਸ਼ੀਨ ਮੰਗੀ ਦੀ ਮਸ਼ੀਨ ਹੋ ਗਈ ਦੇ ਗਰਮ ਹੋ ਗਈ ਦੇ ਗਰਮ ਇਹਨਾਂ ਧਰਤੀ ਚ ਜਿਉਂਦੇ ਹੋ ਗਏ ਜਾਨੋ ਇਹਨੇ ਧਾਵੀ ਮਸ਼ੀਨ ਹੋ ਗਈ ਦੇ ਗਰਮ ਹੋ ਗਈ ਦੇ ਗਰਮ ਇਹਨਾਂ ਧਰਤੀ ਚ ਬੜੀ ਤੰਗ ਕਰਦੀ ਬੜੀ ਤੰਗ ਕਰਦੀ ਹੋ ਵੇ ਉਧਰ ਬੜਾ ਭਾਰਾ ਸਰੀਰ ਖੀਰਾ ਵਾਲੀ ਦਾ ਗੱਗੀ ਹਾਂ ਗੱਗੀ 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 ਆ ਬੱਲੇ ਉਹ ਤੇਰੇ ਗੱਗੀ ਦਾ ਗਿੱਟਾ ਕਿੱਥੇ ਫੜੂਗਾ ਮੰਗੀ ਗੁਰਜੀਤ ਕਿਹੜਾ ਮੰਗੀ ਗੁਰਜੀਤ ਹੱਥ ਖੜਾ ਕਰ ਪੁੱਤਰਾ ਇਹ ਆ ਵੀ ਮੰਗੀ ਹੈ ਜਵਾਨੋ ਗੁਰਜੀਤ ਮੰਗੀ ਉਧਰ ਮੰਗੀ ਇਧਰ ਗੁਰਜੀਤ ਮੰਗੀ ਉਧਰ ਕਬੱਡੀ ਤੇ ਕਬੱਡੀ ਕਾਲੂ ਤੇ ਕਬੱਡੀ ਸੁੱਖੇ ਤੇ ਕਬੱਡੀ ਮੰਗੀ ਤੇ ਕਬੱਡੀ ਬੱਬਰ ਸ਼ੇਰ ਦੀ ਕਬੱਡੀ ਬਹੁਤ ਵਧੀਆ ਲੈ ਕੇ ਘਰ ਨੂੰ ਮੰਗੀ ਤੇ ਕਬੱਡੀ ਬੱਬਰ ਸ਼ੇਰ ਦੀ ਕਬੱਡੀ ਬਹੁਤ ਵਧੀਆ ਚਲੋ ਕਬੱਡੀ ਕਲੱਬ ਦਾ ਲੈ ਕੇ ਸਪਰੇ ਖਿਡਾਰੀਆਂ ਵਾਸਤੇ ਕੈਲਗਰੀ ਵਾਲਾ ਕੈਨੇਡਾ ਤੋਂ ਪਹੁੰਚਿਆ ਮੰਗੀ ਵਾਸਤੇ 500 ਰੁਪਇਆ ਮਾਨ ਭੇਜਦੇ ਆ ਰਾਣਾ ਹੇਰ ਕੈਨੇਡਾ ਵਾਲੇ ਪਹੁੰਚੇ 500 ਰੁਪਇਆ ਲੈ ਕੇ ਮੰਗੀ ਦਾ ਜਫਾ ਪਾਣੀ ਗਰਾਊਂਡ ਦੇ ਵਿੱਚ ਖਿਡਾਰੀਆਂ ਵਾਸਤੇ ਹੈ ਨਹੀਂ ਮੈਂ ਬੇਨਤੀ ਕਰਾਂਗਾ ਭੇਜ ਦਿਓ ਡਾਕਟਰ ਲਵਾਇਆ ਜੀ ਸਰਦਾਰਾ ਸਿੰਘ ਜੀ ਮਿਸਤਰੀ ਯੂਕੇ ਤੋਂ 5000 ਰੁਪਏ ਦਾ ਯੋਗਦਾਨ ਪਾਉਂਦੇ ਹਨ ਸਰਦਾਰ ਲਹਿੰਬਰ ਸਿੰਘ ਦੇ ਪੁੱਤਰ ਸਰਦਾਰ ਹਰਜਿੰਦਰ ਸਿੰਘ ਜੀ ਜੀ ਐਸ ਸੰਘਾ ਦੇ ਭਤੀਜੇ ਯੂ ਐਸ ਏ ਤੋਂ 3000 ਰੁਪਏ ਦਾ ਯੋਗਦਾਨ ਪਾਉਂਦੇ ਹਨ ਜੀ ਐਸ ਸੰਘਾ ਸਾਹਿਬ ਕੁਸ਼ਲ ਸਾਹਿਬ 10 ਲੱਖ ਰੁਪਇਆ ਮੰਗੀ ਵਾਸਤੇ ਸਰਦਾਰ ਹਰਭਜਨ ਸਿੰਘ ਜੀ ਖਹਿਰਾ ਆਸਟ੍ਰੇਲੀਆ ਵਾਲੀ 500 ਰੁਪਇਆ ਮਾਣ ਭੇਜਿਆ ਮੰਗੀ ਤੇਰੀ ਜਫੇ ਦਾ ਬੜਾ ਮਾਣ ਕਰਦੇ ਹੈ ਕਿ ਮੰਗੀ ਦਾ ਜਫਾ ਲੱਗਣਾ ਹੀ ਲੱਗਣਾ ਹੈ ਤੇ ਸਾਡੇ ਖੈਰਤ ਸਾਹਿਬ ਆਸਟ੍ਰੇਲੀਆ ਤੋਂ ਪਹੁੰਚੇ ਹੈ 500 ਰੁਪਇਆ ਮਾਣ ਭੇਜਦੇ ਹੈ ਰਾਣਾ ਕੈਲਗਰੀ ਤੋਂ ਰਾਣਾ ਹੇਰ ਪਹੁੰਚੇ ਹੈ 500 ਰੁਪਇਆ ਤੇਰੇ ਵਾਸਤੇ ਮਾਣ ਭੇਜਦੇ ਹੈ ਆਟੋਮੈਟਿਕ ਕੁਸ਼ਲ ਸਾਹਿਬ ਔਰ ਹਰਪਾਲ ਦੀ ਕਬੱਡੀ ਹਰਪਾਲ ਪਡੋਰੀ ਬਹਾਦਰ ਸਿੰਘ ਹਕੀਕਤ ਸਿੰਘ ਹਕੀਕੀ ਦਾ ਪਾਈ ਸਾਹਿਬ ਇੰਗਲੈਂਡ ਮੈਚ ਵੇਖਿਆ ਬਈ 300.com ਕਬੱਡੀ ਦੇ ਉੱਪਰ ਮਾਣ ਹੈ ਸਾਨੂੰ ਇਹਨਾਂ ਲੱਗਣ ਕਬੱਡੀ ਦਾ ਬੱਬਰ ਸ਼ੇਰ ਉਹਨੇ ਵੀ ਕਬੱਡੀ ਖੇਡੀ ਹੈ ਜਵਾਨੋ ਬਹੁਤ ਹੀ ਵਧੀਆ ਖਿਡਾਰੀ ਔਰ ਉੱਧਰ ਬਾਬੇ ਦਾ ਜੱਫਾ ਟੰਡਰੀਆਂ ਵਾਲੇ ਦਾ ਪਰ ਨੰਬਰ ਹਰਪਾਲ ਪੰਡੋਰੀ ਦਾ ਹਰਪਾਲ ਪੰਡੋਰੀ ਦਾ ਮਾਣ ਹੈ ਸਾਨੂੰ ਇਹ ਖੇਡ ਹੈ ਪੰਜਾਂ ਪਾਣੀਆਂ ਦੀ ਗੱਭਰੂ ਸ਼ੇਰ ਜਵਾਨਾ ਸ਼ੇਰਾਂ ਹਾਣੀਆਂ ਦੀ ਜਦੋਂ ਗਈਦੇ ਨੇ ਸ਼ੇਰ ਮੈਦਾਨ ਅੰਦਰ ਉੱਥੇ ਲੋੜ ਨਹੀਂ ਰਹਿੰਦੀ ਕਹਾਣੀਆਂ ਦੀ ਹੈਪੀ ਕਟਾਲਾ ਬੇਟ ਹੈਪੀ ਕਟਾਲਾ ਬੇਟ ਇਹ ਜਵਾਨੀ ਚਾਰ ਦਿਹਾੜੇ ਇਹਨੂੰ ਖੁਸ਼ੀਆਂ ਨਾਲ ਹੰਡਾਈਏ ਓਏ ਗਈ ਜਵਾਨੀ ਮੁੜ ਨਹੀਂ ਆਉਣੀ ਭਾਵੇਂ ਲੱਖ ਖੁਰਾਕਾਂ ਖਾਈਏ ਕਾਲਿਆ ਲੱਖ ਖੁਰਾਕਾਂ ਭਜੀ ਆ ਵੇਖੋ ਸਾਹਮਣੇ ਅੱਗੋਂ ਹਰਜਾ ਪੰਮੀ ਮੰਗੀ ਨੂੰ ਛੇੜਿਆ ਹੈਪੀ ਕਟਾਲਾ ਬੇਟ ਨੇ ਸਿੰਘ ਸੂਰਮਾ ਸਰਦਾਰ ਆਓ ਉਂਗਲ ਖੜੀ ਕੀਤੀ ਹੈ ਜਵਾਨੋ ਪੱਟਾਂ ਵਿੱਚ ਜਾਨ ਹੋਵੇ ਡੋਲਿਆਂ ਤੇ ਮਾਣ ਹੋਵੇ ਛਾਤੀ ਵਿੱਚ ਦਿਲ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ ਚੁੰਡੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੋ ਫੇਰ ਖੇਡੀ ਜਾਂਦੀ ਜੇ ਕਬੱਡੀ ਮਿੱਤਰੋ ਫੇਰ ਖੇਡੀ ਜਾਂਦੀ ਜੇ ਮੰਗੀ ਆ ਜਵਾਨਾਂ ਸਾਹਮਣੇ
ਆ ਬਾਬਾ ਟੰਡੀਆਂ ਵਾਲਿਆ ਆ ਸਾਹਮਣੇ ਜੱਫਾ ਮੰਗੀ ਨੰਬਰ ਲੈ ਕੇ ਕਰਨੋ ਤਾਵੀ ਲੈ ਵੀ ਮੰਗੀ ਆ ਗਿਆ ਵਿਦੇਸ਼ਾ ਸੰਦੀਪ ਵਿਦੇਸ਼ਾ ਇੱਕ ਵਾਰ ਤਾੜੀਆਂ ਮਾਰ ਦਿਓ ਸਾਹ ਸਕਤ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਆ ਗਿਆ ਵਿਦੇਸ਼ਾ ਕਬੱਡੀ ਪਾਉਣ ਸੰਦੀਪ ਵਿਦੇਸ਼ਾ ਕਾਲੂ ਸੁੱਖਾ ਮੰਗੀ ਚਾਰ ਜਾਫੀ ਅੱਗੇ ਵਿੱਚ ਵਿਦੇਸ਼ਾ ਕਬੱਡੀ ਪਾਉਂਦਾ ਖੂਬਸੂਰਤ ਅੰਦਾਜ਼ ਦੇ ਨਾਲ ਬਹੁਤ ਹੀ ਵਧੀਆ ਹੀਰਾ ਵੀ ਮਣਕਾ ਤੇ ਕੱਚ ਵੀ ਮਣਕਾ ਇੱਕੋ ਰੰਗ ਦੋਹਾਂ ਦਾ ਜਦ ਸਰਾਫਾ ਹੱਥੀ ਤੇ ਫਰਕ ਜੇ ਲੱਖਾਂ ਕੋਹਾਂ ਦਾ ਜਦ ਸਰਾਫਾ ਹੱਥੀ ਚੜਿਆ ਤੇ ਫਰਕ ਜੇ ਲੱਖਾਂ ਕੋਹਾਂ ਦਾ ਇਹ ਹੀਰਾ ਹੀਰਿਆ ਹਰਨਾ ਬਾਗੀ ਚਰਨਾ ਬਾਗੀ ਪੱਤਰ ਸਾਵੇ ਕਬੱਡੀ ਖੇਡਦਿਆਂ ਦੀ ਮੈਂ ਤੋ ਸਿਫਤ ਕਰੀ ਨਾ ਜਾਵੇ ਇਹ ਦੀਪਾ ਬਲ ਨਾ ਕਬੱਡੀ ਮੰਗੀ ਤੇ ਕਬੱਡੀ ਟੰਡਰੀਆਂ ਵਾਲੇ ਬਾਬੇ ਤੇ ਆ ਕੰਨੀ ਦੇ ਉੱਪਰ ਹੱਥ ਕੈਨੇਡਾ ਖੇਡ ਕੇ ਆਇਆ ਜਵਾਨੋ ਬਾਬਾ ਪਰਮਜੀਤ ਸਿੰਘ ਨੇ ਲਿਖਿਆ ਇਹਦੇ ਬਾਰੇ ਬਹੁਤ ਵਧੀਆ ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਔਰ ਨੰਬਰ ਬਹੁਤ ਵਧੀਆ ਲੈਣ ਦੇ ਦੀਪਾ ਬਲ ਨਾ ਨੋਨੀ ਚਮਕੌਰ ਸਾਹਿਬ ਦਾ ਨੋਨੀ ਵਾਰਿਸ ਸ਼ਾਹ ਨਾ ਉੱਥੇ ਕੋਈ ਚੱਲੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਨੇ ਵਾਰਿਸ ਸ਼ਾਹ ਨਾ ਉੱਥੇ ਕੋਈ ਚੱਲੇ ਮੰਤਰ ਇੱਥੇ ਕੋਈ ਮੰਤਰ ਨਹੀਂ ਚੱਲਦੇ ਜਵਾਨੋ ਇੱਥੇ ਬਾਜੂ ਬਲ ਚੱਲਦਾ ਪੱਟਾਂ ਦਾ ਜ਼ੋਰ ਚੱਲਦਾ ਵੇਖੋ ਦੱਸਿਆ ਇਹਨੂੰ ਖਿੱਚ ਕੇ ਲਾ ਜਵਾਨ ਆਓ ਖਿੱਚ ਕੇ ਜਵਾਨੋ ਇਹਨੂੰ ਕਹਿੰਦੇ ਆ ਢਾਕ ਵੱਜੀ ਹੈ ਔਰ ਬਹੁਤ ਵਧੀਆ ਢੰਗ ਦੇ ਨਾਲ ਜੱਫਾ ਕੋਈ ਮੌਕਾ ਨਹੀਂ ਕੋਈ ਮੌਕਾ ਨਹੀਂ 30 ਸੈਕਿੰਡ ਦੀ ਪਾਬੰਦ ਕਬੱਡੀ ਫੈਸਲਾ ਪਰਮਜੀਤ ਸਿੰਘ ਪੰਮੀ ਜਸਵੀਰ ਘੁੱਗੀ 26 ਸਾਲ ਕਬੱਡੀ ਦੇ ਵਿੱਚ ਰਾਜ ਕਰਨ ਵਾਲੀ ਸ਼ਖਸੀਅਤ ਡਾਕਟਰ ਹਨੀ ਜੀ ਅੱਜ ਮਾਣ ਹੈ ਸਾਨੂੰ ਕਿ ਕਾਲਾ ਸੰਘਿਆਂ ਦੀ ਧਰਤੀ ਤੇ ਤੋਚੀ ਵਰਗੇ ਮਹਾਨ ਧਾਵੀ ਜਿਨ੍ਹਾਂ ਨੇ ਧਾਵੇ ਬੋਲੇ ਬਲੱਗਣ ਵਰਗੇ ਖਿਡਾਰੀ ਅੱਜ ਮਾਣ ਹੈ ਬਹਾਦਰ ਸਿੰਘ ਹਕੀਕਤ ਸਿੰਘ ਹਕੀਕੀ ਵਰਗੇ ਉਹ ਮਹਾਨ ਧਾਵੀ ਜੰਮੇ ਹਨ ਇਸ ਸਰਜਮੀ ਨੇ ਜਿਹਨੇ ਦੁਨੀਆਂ ਦੇ ਵਿੱਚ ਨਾ ਤੇ ਬਾਬਾ ਬਾਬੇ ਦਾ ਜਾਦੂ ਚੱਲ ਗਿਆ ਬਾਬੇ ਦਾ ਜਾਦੂ ਚੱਲ ਗਿਆ ਬਾਬੇ ਦਾ ਜਾਦੂ ਚੱਲ ਗਿਆ ਓਏ ਬਾਬੇ ਦਾ ਜਾਦੂ ਚੱਲ ਗਿਆ ਕੁਲਜੀਤਾ ਮਲਸੀਆਂ ਦਾ ਫੜ ਲਿਆ ਜਵਾਨੋ ਬਾਬੇ ਢੰਡਰੀਆਂ ਵਾਲੇ ਬਾਬੇ ਢੰਡਰੀਆਂ ਵਾਲੇ ਕਰਤਾ ਬਾਬੇ ਨੇ ਕੀਰਤਨ ਬਈ ਕਰਤਾ ਕੀਰਤਨ ਬਾਬੇ ਨੇ ਬੱਲੇ ਆ ਬਾਬਾ ਨਹੀਂ ਰੀਛਾਂ ਤੇਰੀਆਂ ਪੰਮਾ ਗਾਂਦਰਾ ਟਾਈਮ ਦੇ ਉੱਪਰ ਡਿਊਟੀ ਦਿੰਦਾ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਖੂਬਸੂਰਤ ਅੰਦਾਜ਼ ਦੇ ਨਾਲ ਨੰਬਰ ਲੈ ਕੇ ਘਰ ਨੂੰ ਹੋ ਜਾਂਦਾ ਜੀ ਆ ਜਾਂਦਾ ਬੱਬਰ ਸ਼ੇਰ ਲੁਛ ਲੁਛ ਕਰਦਾ ਸਰੀਰ ਜਵਾਨੋ ਫੜ ਲੋ ਜਿਹਨੇ ਫੜਨਾ ਗੱਗੀ ਨੂੰ 13 ਕਬੱਡੀਆਂ ਪਾਈਆਂ ਦੁਨੀਆਂ ਦਾ ਕੋਈ ਖਿਡਾਰੀ ਜੱਫਾ ਨਹੀਂ ਲਾ ਸਕਿਆ ਫਾਈਨਲ ਮੈਚ ਦੇ ਵਿੱਚ ਬੈਸਟ ਧਾਵੀ ਦਾ ਖਿਤਾਬ ਬਣ ਗਿਆ ਔਰ ਗੱਗੀ ਖੀਰਾਂ ਵਾਲੀ ਦਾ ਨਾਂ ਉੱਚਾ ਹੋ ਗਿਆ ਜਵਾਨੋ ਆ ਸਾਹਮਣੇ ਪੁੱਠੀ ਪਈ ਆ ਆ ਮੰਗੀ ਕੰਮ ਤੇ ਪੁੱਠਾ ਕੀਤਾ ਹੀ ਬੜਾ ਵਧੀਆ ਆਂਦੇ ਆ ਪੁੱਠੇ ਕੰਮ ਸਾਰੇ ਮਾੜੇ ਹੁੰਦੇ ਆ ਪਰ ਗੱਲ ਬਣੀ ਨਹੀਂ ਚਲੋ ਹੈਪੀ ਕੰਡਾਲਾ ਵੇਟ ਆ ਬੱਬਰ ਸ਼ੇਰ ਖਣਵਾਏ ਆ ਮੋਢਿਆਂ ਤੇ ਕਿਉਂਕਿ ਬੱਬਰ ਸ਼ੇਰ ਪ੍ਰਤੀਕ ਹੈ ਤਾਕਤ ਦੇ ਤਾਕਤ ਦਾ ਪ੍ਰਤੀਕ ਹੈ ਸ਼ੇਰ ਚੀਤਾ ਪਾਜ ਬੜੀ ਵੱਡੀ ਹੈ ਆਂਦੇ 65 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਵਿੱਚ ਭੱਜਦਾ ਚੀਤਾ ਬੱਬਰ ਸ਼ੇਰ ਦੀ ਦਹਾੜ ਬੜੀ ਵੱਡੀ ਹੁੰਦੀ ਹੈ ਔਰ ਮਾਣ ਹੈ ਸਾਨੂੰ ਅੱਜ ਇਹ ਸ਼ੇਰਾਂ ਵਰਗੇ ਨੇ ਮਰਦ ਦਲੇਰਾਂ ਵਰਗੇ ਨੇ ਗੁਰੂ ਦੀਆਂ ਮੇਰਾਂ ਵਰਗੇ ਨੇ ਮੰਨੀ ਇਹਨਾਂ ਦੇ ਆਫਰੀ ਨੇ ਇਹ ਫੜਨੇ ਸੌਖੇ ਨਹੀਂ ਹਰਪਾਲ ਪੰਡੋਰੀ ਇਹ ਫੜਨੇ ਸੌਖੇ ਨਹੀਂ ਇਹ ਫੜਨੇ ਸੌਖੇ ਨਹੀਂ ਜਿਹਨਾਂ ਮਿਹਨਤ ਕੀਤੀ ਏ ਉਹ ਸ਼ੇਰਾਂ ਵਰਗੇ ਮਰਦ ਦਲੇਰਾਂ ਵਰਗੇ ਨੇ ਆਹ ਪੱਲੇ ਉਹ ਤੇਰੇ ਔਖੇ ਵੇਲੇ ਕੰਮ ਆਉਂਦੇ ਨੇ ਕੱਢੇ ਹੋਏ ਡੰਡ ਸਾਂਭਿਆ ਧਨ ਸਮਝਦਾ ਰੰਨ ਮੋਤੀ ਨਗ ਨਗੀਨੇ ਇਹ ਫੜਨੇ ਸੌਖੇ ਨਹੀਂ ਸੰਦੀਪ ਦੇਸ਼ ਆ ਗਿਆ ਬਈ ਸੁਖੇ ਤਕੜੇ ਹੋ ਜਾਓ ਆ ਗਿਆ ਕਾਲੂ ਸੰਦੀਪ ਦੇਸ਼ਾ ਸੰਦੀਪ ਦੇਸ਼ਾ ਸੰਦੀਪ ਦੇਸ਼ਾ ਮਾਣ ਹੈ ਸਾਨੂੰ ਇਹਨਾਂ ਖਿਡਾਰੀਆਂ ਉੱਪਰ ਬਹੁਤ ਵੱਡਾ ਮਾਣ ਹੈ ਸਾਨੂੰ ਕਿ ਅੱਜ ਪੰਜਾਬ ਦੀ ਮਾਰਕੀਟ ਕਬੱਡੀ ਪੂਰੇ ਜੋਬਨ ਦੇ ਉੱਪਰ ਕਾਲਾ ਸੰਘਿਆ ਮਾਣ ਹੈ ਸਾਨੂੰ ਬਾਬਾ ਕਾਮਦਾਸ ਉਹ ਮਹਾਨ ਭਗਤ ਜਿਹਨੇ ਇਸ ਧਰਤੀ ਨੂੰ ਰੰਗ ਪਾਗ ਲਾਏ ਅੱਜ ਕਾਲਾ ਸੰਘਿਆਂ ਦੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਯੂਕੇ ਦੀ ਸਰਜਮੀਨ ਦੇ ਉੱਪਰ USA ਦੀ ਸਰਜਮੀਨ ਦੇ ਉੱਪਰ ਪੂਰੇ ਰਾਜ ਭੋਗਦੇ ਨੇ ਜਵਾਨੋ ਇਹ ਮਾਣ ਹੈ ਸਾਨੂੰ ਇਸ ਮਹਾਨ ਬਾਬਾ ਕਾਮਦਾਸ ਦੇ ਆਸ਼ੀਰਵਾਦ ਸਦਕਾ ਪਿਆਰ ਸਤਿਕਾਰ ਸਦਕਾ ਜਿਹਨੂੰ ਨਕ ਮਕਸਦ ਹੁੰਦੇ ਨੇ ਮੇਰੇ ਸਾਰੇ ਪ੍ਰਵਾਸੀ ਵੀਰ ਭਾਰਤੀ ਅੱਜ ਸਾਹਮਣੇ ਕਬੱਡੀਆਂ ਲੱਖ ਲੱਖ ਦੀ ਕਬੱਡੀ ਅੱਜ ਅਨਾਊਂਸ ਕੀਤਾ ਕਲੇਰ ਨੇ 50,000 ਲੱਖ ਲੱਖ ਰੁਪਏ ਦੇ ਦਾਨ ਦੇਣ ਵਾਲੀਆਂ ਸ਼ਖਸੀਅਤਾਂ ਦੇ ਨਾਂ ਅਸੀਂ ਧੰਨਵਾਦੀ ਹਾਂ
ਤਿੰਨੇ ਜਗ ਜੀਉਣ ਸਦਾ ਭਗਤ ਸੂਰ ਮੈਦਾਨੀ, ਤਿੰਨੇ ਜਗ ਜੀਉਣ ਸਦਾ ਭਗਤ ਸੂਰ ਮੈਦਾਨੀ। ਨੌਨੀ ਦੀ ਕਬੱਡੀ ਆ, ਬੱਲੇ ਨੌਨੀ ਨਹੀਂ ਰੀਸਾਂ ਤੇਰੀਆਂ, ਮੰਗੀ ਪਾ ਕਬੱਡੀ ਜੱਫਾ ਭਰ ਕਾਲੂ ਲਾਲੋ। ਆ ਗਿਆ ਨੌਨੀ, ਆ ਗਿਆ ਨੌਨੀ, ਲਲਾਰੀ ਕੋਲੋਂ ਜੇ ਰੰਗ ਰੰਗਾਈਏ ਉਹ ਘਟਦਾ ਵੱਧਦਾ ਰਹਿੰਦਾ, ਭਗਤਾਂ ਵਾਲਾ ਰੰਗ ਮੁਹੰਮਦ ਕਦੀ ਚੜਿਆ ਨਹੀਂ ਲੈਂਦਾ, ਉਹ ਭਗਤਾਂ ਵਾਲਾ ਰੰਗ ਮੁਹੰਮਦ ਕਦੀ ਚੜਿਆ ਨਹੀਂ ਲੈਂਦਾ। ਇਹ ਇਸ਼ਕ ਕਬੱਡੀ ਦਾ ਮੁੰਡਿਆਂ ਨੂੰ, ਇਸ਼ਕ ਕਬੱਡੀ ਦੇ ਨਾਲ ਕਰੋ ਜਵਾਨੋ। ਆ ਇਸ਼ਕ ਫਰਾਕ ਦੀ ਆਉਣ ਲੱਗੀ, ਲੂ ਲੂ ਉਹ ਦਿਲ ਬੜਾ ਵਾਸਤਾ ਈ, ਗਿੱਲੀ ਲੱਕੜ ਦੇ ਵਾਂਗ ਵਜੂਦ ਬੋਲੇ ਸੂ ਸੂ ਉਹ ਦਿਲ ਬੜਾ ਵਾਸਤਾ ਈ, ਖਿਲਰ ਗਿਆ ਏ ਜ਼ਮੀਨ ਆਸਮਾਨ ਉੱਤੇ ਤੂੰ ਤੂੰ ਉਹ ਦਿਲ ਬੜਾ ਵਾਸਤਾ ਈ, ਅਲੀ ਹੈਦਰਾ ਅੰਦਰੋਂ ਆਵਾਜ਼ ਆਵੇ ਤੂੰ ਤੂੰ ਉਹ ਦਿਲ ਬੜਾ ਵਾਸਤਾ ਈ, ਤੂੰ ਤੂੰ ਉਹ ਦਿਲ ਬੜਾ ਵਾਸਤਾ ਈ, ਤੂੰ ਤੂੰ ਉਹ ਦਿਲ ਬੜਾ ਵਾਸਤਾ ਈ। ਭਾਵ ਇੱਕ ਵੱਡੀ ਸੋਹਣਿਆ ਪਾਲਾ ਕਬੱਡੀ। ਸੁਲਤਾਨ ਦੀਆਂ ਕਬੱਡੀਆਂ ਆ ਸਾਹਮਣੇ, ਤਿੰਨ ਚਾਰ ਤਿੰਨੇ ਚੁੱਕ ਕੇ ਮਾਰਦੇ ਚੀਤਾ ਬਾਜ ਕਮਾਨ, ਬੁੱਲਿਆ ਉਹਨਾਂ ਤੋਂ ਬਚ ਕੇ ਰਵੀ, ਉਹ ਜਿਹੜੇ ਨਿਓ ਨਿਓ ਕਰਨ ਸਲਾਮ, ਬੁੱਲਿਆ ਉਹਨਾਂ ਤੋਂ ਬਚ ਕੇ ਰਵੀ। ਆ ਮੰਗੀ ਬਗਾ ਪਿੰਡ ਮਾਰੀ ਖੱਬੇ ਹੱਥ ਦੀ ਤੌਲ, ਆ ਗਿਆ ਹੰਦਿਆਂ ਵੱਲੋਂ ਕਰੂ ਬਾਰਡਰ ਬੰਦ, ਕਰੂ ਬਾਰਡਰ ਬੰਦ, ਆ ਗਿਆ ਬਾਰਡਰ ਟੱਪ ਆਇਆ ਜਵਾਨੋ। ਮੋਣਾ ਕਾਲਾ ਸੰਘਿਆ ਰਾਜਾ ਖਿਡਾਰੀ ਲਖਤੇ ਜਿਗਰ, ਤਕੜੀ ਕਬੱਡੀ ਖੇਡੀ ਹੈ ਅੱਜ ਪ੍ਰਬੰਧਕ ਯੂਕੇ ਕਬੱਡੀ ਫੈਡਰੇਸ਼ਨ ਦਾ ਵੀ ਵੱਡਾ ਮਾਣ ਸਾਡੇ ਅੰਕਲ ਕੋਸ਼ਿਸ਼ ਕਰਦਾ। ਸੁਖੀ ਬਰਾੜ ਜੀ ਨੂੰ ਬੇਨਤੀ ਕਰਦੇ ਹਾਂ, ਪਲੀਜ਼ ਮੇਰੇ ਨਾਲ ਸੰਪਰਕ ਕਰਨ। ਸੁਖੀ ਬਰਾੜ ਜੀ, ਅਸੀਂ ਕੁਝ ਮਾਨ ਸਨਮਾਨ ਕਰਨ ਜਾ ਰਹੇ ਹਾਂ, ਮੈਂ ਬੇਨਤੀ ਕਰੂੰਗਾ ਜਸਵੀਰ ਘੁੱਗੀ ਜੀ ਨੂੰ, ਤੁਚੀ ਜੀ ਨੂੰ, ਹਕੀਕਤ ਸਿੰਘ ਕੀਕੀ ਜੀ ਨੂੰ, ਜਿਹਨਾਂ ਵੀਰਾਂ ਦਾ ਅਸੀਂ ਨਾਮ ਬੋਲਦੇ ਹਾਂ, ਪਲੀਜ਼ ਆਪਣੇ ਮਾਨ ਸਨਮਾਨ ਲੈਣ, ਕਿਉਂਕਿ ਮੈਚ ਵੀ ਬਹੁਤ ਪਿਆਰਾ ਚੱਲ ਰਿਹਾ ਹੈ। ਦਵਿੰਦਰ ਸਿੰਘ ਜੀ, ਸੰਗਤ ਸਾਹਿਬ, ਕਲੇਰ ਸਾਹਿਬ, ਇੱਕ ਸੈਕਿੰਡ, ਠੀਕ ਹੈ ਸਰ। ਚਮਕੌਰ ਸਾਹਿਬ ਕਬੱਡੀ ਕਲੱਬ ਦੇ ਹਨ 15 ਅੰਕ, ਸੰਗਰੂਰ ਅਕੈਡਮੀ ਦੇ ਹਨ 17.5 ਅੰਕ, ਡੇਢ ਢਾਈ ਨੰਬਰਾਂ ਦਾ ਫਰਕ ਹੈ ਸੰਗਰੂਰ ਕਲੱਬ ਦਾ। ਮਾਈਕ ਓਵਰ ਟੂ ਕਲੇਰ। ਥੋੜ੍ਾ ਜਿਹਾ ਇਜਾਜ਼ਤ ਲੈਣੇ ਕੋਚ ਸਾਹਿਬ, ਦਵਿੰਦਰ ਸਿੰਘ ਜੀ ਸੰਘਾ, ਜਤਿੰਦਰ ਸਿੰਘ ਜੀ ਲਾਲੀ ਕੈਨੇਡਾ ਵਾਲੇ, ਸਾਡੇ ਜਤਿੰਦਰ ਸਿੰਘ ਤੋਚੀ ਕਾਲਾ ਸੰਘਿਆਂ ਵਾਲੇ, ਹਕੀਕਤ ਸਿੰਘ ਕੀਕਾ ਬਹਾਦਰ ਸਿੰਘ ਜੀ, ਔਰ ਸਾਡੇ ਰਾਮਾ ਬਗੰਗਲ ਜੀ ਰਾਣਾ ਕਾਲਾ ਸੰਘਿਆਂ ਵਾਲੇ, ਮੱਖਣ ਭਾਜੀ ਕੈਨੇਡਾ ਵਾਲੇ, ਬਹਾਦਰ ਬਿੰਦਰ ਡੱਬ, ਔਰ ਸਾਡੇ ਸ਼ਿਵ ਕੁਮਾਰ ਬਿੱਟੂ, ਔਰ ਸਾਡੇ ਸੁਖਵਿੰਦਰ ਸਿੰਘ ਜੀ ਢੱਡੇ, ਜਿਹਨਾਂ ਵੀਰਾਂ ਨੇ ਨਾਂ ਲਾਂਚ ਕਰਦੇ ਹਾਂ, ਪਲੀਜ਼ ਆਪਣੇ ਮਾਨ ਸਨਮਾਨ ਲੈ ਕੇ ਜਾਣ। ਸੁਖਵਿੰਦਰ ਸਿੰਘ, ਔਰ ਸਾਡੇ ਸਤਿਕਾਰਯੋਗ ਵੀਰ ਪ੍ਰਦੁਮਨ ਸਿੰਘ ਜੀ ਨਾਰਵੇ ਵਾਲੇ, ਸਲਵਿੰਦਰ ਸਿੰਘ ਜੀ ਯੂਕੇ ਵਾਲੇ, ਰਾਣਾ ਵੰਜ, ਦੀਪਾ ਪੰਡਿਤ ਮੋਣਾ ਕੰਦੋਲਿਆਂ ਵਾਲਾ, ਸਰਦਾਰ ਸਰਦੂਰ ਸਿੰਘ ਜੀ ਕੋਚ ਸਾਹਿਬ, ਗੁਰਵਿੰਦਰ ਸਿੰਘ ਜੀ ਕੋਚ, ਬਲਕਾਰ ਸਿੰਘ ਜੀ ਸੈਦੋਵਾਲ, ਪਲੀਜ਼ ਇਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਆਪਣਾ ਮਾਨ ਸਨਮਾਨ ਲੈ ਕੇ ਜਾਣ। ਬਹਾਦਰ ਸਿੰਘ ਜੀ ਸ਼ੇਰਗਲ, ਅਵਤਾਰ ਸਿੰਘ ਜੀ ਸ਼ੇਰਗਲ, ਮੋਹਨ ਸਿੰਘ ਜੀ ਕੰਦੋਲਾ, ਰੇਸ਼ਮ ਸਿੰਘ ਜੀ ਸਨਮ ਜਗਿੰਦਰ ਸਿੰਘ, ਪਰਮਜੀਤ ਸਿੰਘ ਜੀ ਬੱਸਣ, ਲਿੰਬਰ ਸਿੰਘ ਜੀ ਸਰਪੰਚ, ਔਰ ਸਾਡੇ ਸਾਬਕਾ ਸਰਪੰਚ ਸਿੰਗਾਰਾ ਸਿੰਘ ਜੀ ਬਿੱਲਾ ਬਰਮਾਲੀਪੁਰ ਵੰਜ ਕੈਨੇਡਾ, ਔਰ ਸਾਡੇ ਵਿਕਰ ਸਿੰਘ ਮਾਸਟਰ ਜੀ ਤੋਚੀ ਕਾਲਾ ਸੰਘਿਆਂ ਵਾਲਾ, ਪਲੀਜ਼ ਆ ਕੇ ਮਾਨ ਸਨਮਾਨ ਲੈ ਕੇ ਜਾਣ। ਲਿੰਬਰ ਸਿੰਘ ਜੀ ਲੱਦੜ, ਸ਼ੇਰ ਸਿੰਘ ਜੀ, ਭਗਤ ਸਿੰਘ ਜੀ ਸਾਡੇ ਯੂਕੇ ਵਾਲੇ, ਪੈਰਾ ਸਿੰਘ ਜੀ ਗਮਟਾਲਾ, ਨਰਵੈਲ ਸਿੰਘ ਜੀ ਸਾਡੇ ਸਰਵਾਲ ਤੋਂ, ਅਜੀਤ ਸਿੰਘ ਜੀ ਜੋਹਲ ਬਿੱਲਾ ਖੀਰਾਂਵਾਲ, ਤੇ ਸਾਡੇ ਲਵਾਇਆ ਸਿੰਘ ਜੀ ਸਾਬਕਾ ਸਰਪੰਚ। ਬਾਕੀ ਮਾਨ ਸਨਮਾਨ ਅਗਲੇ ਮੈਚ ਕਰਾਂਗੇ। ਥੈਂਕ ਯੂ ਓਵਰ ਟੂ ਮੈਂ ਕੋਸ਼ਲ ਸਾਹਿਬ। ਧੰਨਵਾਦ ਸਾਡੇ ਸਹਿਯੋਗੀ ਵੀਰ ਬਾਹਰੋਂ ਆਈਆਂ ਅਜੀਮ ਸ਼ਖਸੀਅਤਾਂ ਦਾ ਵੱਡਾ ਪਿਆਰ ਸਤਿਕਾਰ ਹੋ ਰਿਹਾ ਮੈਦਾਨ ਦੇ ਵਿੱਚ, ਜਿੱਥੇ ਕਬੱਡੀ ਇਸ ਵੇਲੇ ਕਾਲੂ ਬਹੁਤ ਵਧੀਆ ਜੱਫਾ, ਕਾਲੂ ਮਹਿੜੂ ਵਾਲਾ ਬਹੁਤ ਵਧੀਆ ਹੈਪੀ ਕਟਾਲੇ ਨੂੰ ਜੱਫਾ ਲਾਉਣ ਵਿੱਚ ਕਾਮਯਾਬ ਹੋ ਗਿਆ। ਅੱਜ ਮਾਣ ਹੈ ਸਾਨੂੰ, ਜੱਫੇ ਲੱਗਦੇ ਕਬੱਡੀਆਂ ਪੈਂਦੀਆਂ। ਤੋਚੀ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਕਾਲਾ ਸੰਘਿਆਂ ਨੇ, ਬੜਾ ਪਿਆਰ ਸਤਿਕਾਰ ਦੇ ਨਾਲ ਤੋਚੀ ਨੇ ਵੱਡਾ ਮਾਣ ਭੇਜਿਆ। ਮੈਂ ਆਪਣੇ ਵੀਰ ਤੋਚੀ ਦਾ ਬਹੁਤ ਧੰਨਵਾਦੀ ਹਾਂ। ਜਿਸ ਵੇਲੇ ਵਿਦਆਊਟ ਸਟੂਡੈਂਟ ਰੰਧਾਵਾ ਸਾਹਿਬ ਤੋਚੀ ਹੋਣਾ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ, ਉਸ ਵੇਲੇ ਤੋਂ ਅਰਵਿੰਦਰ ਕੋਠੜ ਨੂੰ ਮਾਣ ਹੈ ਕਿ ਮਾਂ ਬੋਲੀ
ਪੰਜਾਬੀ ਦੇ ਵਿੱਚ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਇਹ ਕਰਦਾ ਆ ਰਿਹਾ ਹੈ ਪਿਛਲੇ 35 ਸਾਲ ਤੋਂ ਤੇ ਇਹ ਵਿਦੇਸ਼ਾ ਉਹ ਤੋਚੀ ਵੱਡਾ ਮਾਨ ਪਿਆਰਾ ਸਿੰਘ ਜੀ ਗਮਟਾਲਾ ਕਹਿੰਦੇ ਆ ਜਿੰਨੀਆਂ ਰੇਡਾਂ ਲੈ ਕੇ ਆਵੇਗਾ ਮੇਰਾ ਭਾਣਜਾ ਤੇ ਉਹਨੇ ਨੰਬਰ ਹੋਣਗੇ ਤੇ ਜਿੰਨੇ ਜੱਫੇ ਲਾਊ ਮੰਗੀ ਉਹਨੇ ਜੱਫੇ 500 ਰੁਪਏ ਦੇ ਬੱਲੇ ਤੇਰੇ ਪਿਆਰਾ ਸਿੰਘ ਗਮਟਾਲਾ ਨੋਟਾਂ ਦਾ ਕਹਿੰਦਾ ਮੀਂਹ ਪਵਾ ਦਿਆਂਗੇ ਹਰ ਜੱਫਾ ਮੰਗੀ 500 ਰੁਪਏ ਦਾ ਹਰ ਰੇਡ ਰਣਜੀਤ ਆਪਣਾ ਜਿੱਤ ਕੁਲਜੀਤੇ 500 ਦੀ ਰੇਡ ਹਾ ਹੁਣ 250 ਕਿਥੋਂ ਕਰਦੇ ਆ ਮੈਂ ਕੋਸ਼ ਸਾਹਿਬ ਇਹ 500 ਦੇਣਾ ਮੰਗੀ ਨੂੰ ਹਾਂਜੀ ਹਾਂਜੀ ਕਲੇਰ ਜੀ ਕੋਸ਼ ਸਾਹਿਬ ਜਿਹਨਾਂ ਵੀਰਾਂ ਦਾ ਅਸੀਂ ਨਾਮ ਲਾਂਚ ਕੀਤਾ ਹੈ ਆਪਣਾ ਮਾਨ ਸਨਮਾਨ ਲੈ ਕੇ ਜਾਣ ਸਰਪੰਚ ਸਾਹਿਬ ਆ ਜਾਓ ਸਿੰਗਾਰਾ ਸਿੰਘ ਜੀ ਲਵਾਇਆ ਸਿੰਘ ਜੀ ਤੁਸੀਂ ਸਾਰੇ ਆਓ ਜੀ ਥੈਂਕ ਯੂ ਵੁੱਡ ਮੈਂ ਕੋਸ਼ ਸਾਹਿਬ ਬੀਸੀ ਸਮਰਾਲਾ ਤੇ ਚਮਕੌਰ ਸਾਹਿਬ ਦਾ ਅਗਲਾ ਮੈਚ ਹੋਵੇਗਾ ਔਰ ਬਹੁਤ ਵਧੀਆ ਪਿਆਰਾ ਸਿੰਘ ਗਮਟਾਲਾ ਵੱਡਾ ਪਿਆਰ ਮਾਨ ਭੇਜਦੇ ਨੇ ਬਈ ਕੁਲਜੀਤ ਜਿੰਨੀਆਂ ਰੇਡਾਂ ਪਾਵੇਗਾ ਮੈਦਾਨ ਦੇ ਵਿੱਚ ਨੰਬਰ ਲੈ ਕੇ ਮੁੜੇਗਾ ਹਰ ਰੇਡ 500 ਦੀ ਕੁਲਜੀਤ ਔਰ ਮੰਗੀ ਬੱਗਾ ਪਿੰਡ ਜਿੰਨੇ ਜੱਫੇ ਭਰੇਗਾ ਕਿਉਂਕਿ ਕੁਲਜੀਤ ਦਾ ਤੇ ਮੰਗੀ ਦਾ ਭਰਾਵਾਂ ਨਾਲ ਵੱਧ ਪਿਆਰ ਹੈ ਇਹ ਮੈਂ ਅੱਜ ਦਾ ਨਹੀਂ ਕਈ ਸਾਲ ਤੋਂ ਜਾਣਦਾ ਹਾਂ ਕਿ ਕੋਈ ਡਿਸਪਿਊਟ ਵੀ ਹੋਇਆ ਜ਼ਿੰਦਗੀ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਰਜਾਬੰਦੀ ਦੇ ਨਾਲ ਉਹਨੂੰ ਅੰਜਾਮ ਦਿੱਤਾ ਹੈ ਇਹ ਕਈ ਗੱਲਾਂ ਮੇਰੇ ਨਾਲ ਸਾਂਝੀਆਂ ਕਰਦੇ ਨੇ ਮੇਰੇ ਵੀਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਬੱਡੀ ਮੰਨੇ ਦੀ ਕਬੱਡੀ ਹੈ ਤੇਰੀਆਂ ਮੈਂ ਲੱਖ ਮੰਨੀਆਂ ਮੇਰੀ ਇੱਕ ਮੰਨੇ ਤਾਂ ਜਾਣਾ ਬਾਬਾ ਜੀ ਮੰਗੀ ਹੋ ਜਾਓ ਸਿੱਧੇ ਆ ਗਿਆ ਮੰਨਾ 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 ਇੱਕ ਮੰਨਾ ਲਾਲਪੁਰੇ ਦਾ ਇਸ ਵੇਲੇ ਸ਼ਾਹ ਸਵਾਰ ਕਬੱਡੀ ਦਾ ਬਣਿਆ ਜਵਾਨੋ ਪ੍ਰੇਮ ਸਿੰਘ ਲਾਲਪੁਰਾ ਮਾਣ ਸਾਨੂੰ ਮੰਨਾ ਲਾਲਪੁਰਾ ਕਬੱਡੀ ਫੈਸਲਾ ਪਰਮਜੀਤ ਸਿੰਘ ਪੰਮੀ ਹਾਂਜੀ ਸਰ ਹੈਲੋ ਜਿਹਨਾਂ ਜਿਹਨਾਂ ਵੀਰਾਂ ਦਾ ਨਾਮ ਲਾਂਚ ਕੀਤਾ ਹੈ ਆਪਣਾ ਮਾਨ ਸਨਮਾਨ ਲੈ ਕੇ ਜਾਣ ਕੋਸਾ ਬਾਬੂ ਜੀ ਲਿੰਬਰ ਸਿੰਘ ਜੀ ਸਾਬਕਾ ਸਰਪੰਚ ਲਭਾਇਆ ਸਿੰਘ ਜੀ ਸਰਪੰਚ ਸਾਹਿਬ ਆਪਣਾ ਮਾਨ ਸਨਮਾਨ ਲੈ ਕੇ ਜਾਓ ਜੀ ਜਿਹਨਾਂ ਜਿਹਨਾਂ ਵੀਰਾਂ ਦਾ ਨਾਮ ਲਾਂਚ ਕੀਤਾ ਆਪਣਾ ਮਾਨ ਲੈ ਕੇ ਜਾਓ ਓਵਰ ਟੂ ਮੈਕੋ ਸਰ ਸਾਹਿਬ ਪਿੰਕਾ ਹਾਲੈਂਡ ਤੋਂ ਜਿਹੜਾ ਹਾਲੈਂਡ ਵਾਲਾ ਪਿੰਕਾ ਮਾਨਾ ਵਾਲਾ ਅੰਮ੍ਰਿਤਸਰ ਜ਼ਿਲ੍ਹਾ ਮਾਨਾ ਵਾਲਾ ਕਿਹੜਾ ਫਗਵਾੜੇ ਦੇ ਕੋਲ ਮਾਨਾ ਵਾਲਾ ਹਾਲੈਂਡ ਵਸਿਆ ਉਹ ਕਹਿੰਦਾ ਅਗਲੇ ਸਾਲ ਪਹਿਲਾ ਇਨਾਮ ਜਿਹੜਾ ਕਾਲਾ ਸੰਘਿਆਂ ਦੇ ਖੇਡ ਮੈਦਾਨ ਦੇ ਵਿੱਚ ਦਿੱਤਾ ਜਾਵੇਗਾ 1.5 ਲੱਖ ਉਹ ਮੈਂ ਆਪਣੇ ਵੱਲੋਂ ਸਪੌਂਸਰ ਕਰਾਂਗਾ ਮੈਂ ਆਪਣੇ ਵੀਰ ਦਾ ਬਹੁਤ ਧੰਨਵਾਦੀ ਉਹ ਕਹਿੰਦੇ ਆ ਜੇ ਪਿੰਕਾ ਕਿਸੇ ਗੱਲੋਂ ਪਿੱਛੇ ਹਟਿਆ ਤੇ ਮੋਹਣਾ ਹਾਜ਼ਰ ਆ 1.5 ਲੱਖ ਰੁਪਇਆ ਲਿਖ ਲਓ ਕਮੇਟੀ ਵਾਲਿਓ ਬਾਬਾ ਕਾਮਦਾਸ ਕਮੇਟੀ ਦੇ ਸਾਰੇ ਮੈਂਬਰ ਮੋਹਣਾ ਕਹਿੰਦਾ 1.5 ਲੱਖ ਰੁਪਇਆ ਅਗਲੇ ਸਾਲ ਇਨਾਮ ਹੋਵੇਗਾ ਇਸ ਬਾਬਾ ਕਾਮਦਾਸ ਦੇ 7ਵੇਂ ਬਾਬਾ ਕਾਮਦਾਸ ਗੋਲਡ ਕਬੱਡੀ ਕੱਪ ਦਾ ਅਗਲੀਆਂ ਟੀਮਾਂ ਬੱਛੋਵਾਲ ਸਮਰਾਲਾ ਤੇ ਬੱਛੋਵਾਲ ਦੀਆਂ ਪਹਿਲਾ ਸੈਮੀਫਾਈਨਲ ਮੈਚ ਟੀਮਾਂ ਮੈਦਾਨ ਦੇ ਵਿੱਚ ਰਿਪੋਰਟ ਕਰਨ ਮਾਣ ਸਤਿਕਾਰ ਹੈ ਸਾਨੂੰ ਇਹਨਾਂ ਵੀਰਾਂ ਦਾ ਪਾਓ ਹੈਪੀ ਕਟਾਲਾ ਬੇਟ ਵਾਲਿਆ ਕਬੱਡੀ ਸਿਰ ਤੇ ਟੋਪੀ ਤੇ ਨੀਅਤ ਖੋਟੀ ਕੀ ਲੈਣਾ ਸਿਰ ਟੋਪੀ ਧਰ ਕੇ ਤਸਬੀ ਫੇਰੀ ਪਰ ਦਿਲ ਨਾ ਫਿਰਿਆ ਕੀ ਲੈਣਾ ਤਸਬੀ ਹੱਥ ਫੜ ਕੇ ਬੁੱਲੇ ਸ਼ਾਹ ਜਾਗ ਬਿਨਾ ਦੁੱਧ ਜੰਮਦਾ ਨਹੀਂ ਹੋ ਭਾਵੇਂ ਲਾਲ ਹੋਵੇ ਕੜ ਕੜ ਕੇ ਭਾਵੇਂ ਲਾਲ ਹੋਵੇ ਕੜ ਕੜ ਕੇ ਇਹ ਕੱਢਣਾ ਪੈਂਦਾ ਖਿਡਾਰੀਆਂ ਨੂੰ ਐਵੇਂ ਨੀ ਜਿਹਨੂੰ ਗੱਲਾਂ ਪੜ੍ਹਦੀਆਂ ਦੱਸਿਆ ਇਹਨੂੰ ਕਹਿੰਦੇ ਆ ਕੜ ਕੜ ਕੇ ਬੁੱਲੇ ਸ਼ਾਹ ਜਾਗ ਬਿਨਾ ਦੁੱਧ ਜੰਮਦਾ ਨਹੀਂ ਹੋ ਭਾਵੇਂ ਲਾਲ ਹੋਵੇ ਕੜ ਕੜ ਕੇ ਭਾਵੇਂ ਲਾਲ ਹੋਵੇ ਲਾਲ ਜੀ ਚੱਲਿਆ ਪਿਆਰਾ ਸਿੰਘ ਗਮਟਾਲੇ 500 ਰੁਪਇਆ ਇਸ ਰੇਟ ਦੇ ਉੱਪਰ ਕੁਲਜੀਤੇ ਨੂੰ ਮਾਣ ਹੋਵੇਗਾ ਮੰਗੀ ਲਓ ਜੱਫਾ ਲਓ ਜੱਫਾ ਜੱਫਾ ਲੱਗ ਗਿਆ ਗਮਟਾਲਾ ਸਾਹਿਬ ਕਹਿੰਦੇ ਆ ਜਾਫੀ ਨੂੰ ਹੋਵੇਗਾ 500 ਰੁਪਇਆ ਬਾਬਾ ਬਾਬਾ 500 ਬਾਬਾ 500 ਬਾਪੂ ਗਾਂਧੀ ਵਾਲਾ ਨੋਟ ਨਿਕਲ ਗਿਆ ਜੀ ਇੱਥੋਂ ਨਿਕਲ ਗਿਆ ਜੀ ਬਾਪੂ ਗਾਂਧੀ ਵਾਲਾ ਨੋਟ ਸਟੇਜ ਦੇ ਲਾਗੇ 4 ਟੀਮਾਂ ਜਿਹੜੀਆਂ ਲੂਜ ਕਰ ਗਈਆਂ ਹਨ ਆਪਣੇ ਆਪਣੇ ਮੈਚ ਉਹਨਾਂ ਨੂੰ ਪਾਰਟੀਸਪੇਸ਼ਨ ਦਾ ਮਾਣ ਮੋਹਣਾ ਜੀ ਹਾਂਜੀ 4 ਟੀਮਾਂ ਆਪਣਾ ਪਾਰਟੀਸਪੇਸ਼ਨ ਦਾ ਜੋ ਸਤਿਕਾਰ ਹੈ ਮਾਣ ਹੈ ਉਹ ਪ੍ਰਾਪਤ ਕਰ ਲੈਣ ਤੇ ਸੰਦੀਪ ਦੇਸ਼ਾ ਇਸ ਵੇਲੇ ਕਬੱਡੀ ਮੰਗੀ ਤੇ ਕਬੱਡੀ ਕਬੱਡੀ ਬਹੁਤ ਵਧੀਆ ਆਹਾ ਬੱਲਿਓ ਤੇਰੇ ਸ਼ੇਰਾ ਪਹਾੜਾਂ ਨਾਲ ਟੱਕਰਾਂ ਲੈਣ ਦਾ ਸ਼ੌਂਕ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਭਾਰੀ ਬੜਾ ਵਿਚਾਰਾ ਕਰਾ ਕਰਾ ਕੀ ਪੈਰ ਨੀ ਲੱਗਣ ਦਿੱਤੇ ਉਹਦੇ ਆ ਗਿਆ ਪੰਡੋਰੀ ਵਾਲਾ ਹਰਪਾਲ ਪੰਡੋਰੀ ਬਹੁਤ ਵਧੀਆ
ਐਨ ਇਸ਼ਕ ਦੀ ਰਾਹ ਬੜੀ ਔਖੀ ਏ ਆਓ ਫੈਸਲਾ ਹਰਪਾਲ ਦੇ ਹੱਕ ਵਿੱਚ ਆਓ ਪੁੱਤਰਾ ਕਬੱਡੀ ਬਹੁਤ ਸੋਹਣੀ ਕਬੱਡੀ ਪਾਉਣਾ ਤੂੰ ਕਿੱਕਰ ਤੇ ਗੁਲਾਮ ਕੱਲੂ ਨੂੰ ਗੁਲਾਮ ਕਹਿ ਗਿਆ ਮੇਰੇ ਪੱਠਿਆਂ ਦਾ ਜ਼ੋਰ ਕਰਾਵੀ ਕੱਲੂ ਨੂੰ ਗੁਲਾਮ ਕਹਿ ਗਿਆ ਆਹਾ ਬਹੁਤ ਵਧੀਆ ਨੋਨੀ ਕਬੱਡੀ ਪਾਉਂਦਾ ਪਿਆ ਬੱਲੇ ਉਹ ਨੋਨੀ ਨਹੀਂ ਰੀਸਾਂ ਤੇਰੀ ਖੇਡਦੀਆਂ ਜਵਾਨਾਂ ਚਾਵਾਂ ਨਾਲ ਕਬੱਡੀ ਨੂੰ ਵੇਖਣ ਲਈ ਜਿੱਥੇ ਆਏ ਨੇ ਬਣ ਬਣਹਾਣੀਆਂ ਦੇ ਕੋਠੜ ਵੇਖ ਲਿਆ ਅੱਜ ਮੈਦਾਨ ਅੰਦਰ ਉਹ ਭੁੱਬਾਂ ਮਾਰਦੇ ਨੇ ਪੁੱਤ ਪੰਜਾਂ ਪਾਣੀਆਂ ਦੇ ਉਹ ਭੁੱਬਾਂ ਮਾਰਦੇ ਨੇ ਪੁੱਤ ਪੰਜਾਂ ਪਾਣੀਆਂ ਬਹੁਤ ਵਧੀਆ ਹੱਥ ਜੋੜਦੀ ਸੈਸ਼ਨ ਜੱਜ ਮੋਹਰੇ ਭਗਤੇ ਨੂੰ ਕੈਦ ਨਾ ਕਰੀ ਇੱਕ ਪਾਸੇ ਡੱਗ ਦੂਜੇ ਪਾਸੇ ਯਾਰ ਵੇ ਉਹ ਘੜਿਆ ਚਨਾ ਤੋਂ ਮੈਨੂੰ ਲਾ ਦੇ ਪਾਰ ਵੇ ਝੜਿਆ ਆਹ ਘੜਿਆ ਚਨਾ ਤੋਂ ਮੈਨੂੰ ਲਾ ਦੇ ਸੱਚੀ ਦੀਆਂ ਗੱਲਾਂ ਪੰਜਾਬ ਦੇ ਇਤਿਹਾਸ ਦੀਆਂ ਗੱਲਾਂ ਸੋਹਣੀ ਮਹੀਵਾਲ ਦੀਆਂ ਗੱਲਾਂ ਹੀਰ ਰਾਂਝੇ ਦੀਆਂ ਗੱਲਾਂ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ ਅੱਜ ਮੁੰਡਿਆਂ ਨੇ ਕਬੱਡੀ ਨੂੰ ਹੀਰ ਬਣਾ ਲਿਆ ਪੰਜਾਬ ਦੇ ਗੱਭਰੂਆਂ ਨੇ ਕਬੱਡੀ ਨੂੰ ਹੀਰ ਬਣਾ ਲਿਆ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਸ਼ਾਰਟ ਬ੍ਰੇਕ ਦਾ ਇਸ਼ਾਰਾ ਸਾਡੇ ਸੈਕਟਰੀ ਸਾਹਿਬ ਸੁੱਖੀ ਬਰਾੜ ਜਿਹਨੇ 13 ਸਾਲ ਕਬੱਡੀ ਦੀ ਚੜ੍ਹਤ ਵੇਖੀ ਹੈ ਜਵਾਨੋ ਅੱਜ ਮਾਣ ਹੈ ਸਾਨੂੰ ਸੁੱਖੀ ਬਰਾੜ ਸੈਕਟਰੀ ਜਨਰਲ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਸਾਰੇ ਹੀ ਅਫੀਸ਼ੀਅਲ ਅੰਤਰਰਾਸ਼ਟਰੀ ਕੁਲਵੀਰ ਸਿੰਘ ਵੀਰਾ ਅੰਤਰਰਾਸ਼ਟਰੀ ਪਰਮਜੀਤ ਸਿੰਘ ਪੰਮੀ ਅੰਤਰਰਾਸ਼ਟਰੀ 9ਵੀਂ ਏਸ਼ੀਆਈ ਖੇਡਾਂ ਦੇ ਵਿੱਚ ਅੱਜ ਮਾਣ ਹੈ ਸਾਨੂੰ ਕਬੱਡੀ ਦਾ ਪ੍ਰਦਰਸ਼ਨੀ ਮੈਚ ਖੇਡਿਆ ਹੈਲੋ ਟੀਮਾਂ ਨੂੰ ਬੇਨਤੀ ਹੈ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ ਹਾਂਜੀ ਸਰ ਹਾਂਜੀ ਸਰ ਅਰਜੁਨ ਸਿੰਘ ASI ਇਹ ਕਾਲਾ ਸਿੰਘਾਂ ਦੇ ਇਹ ਆਪਣਾ ਵਿਸ਼ੇਸ਼ ਸਨਮਾਨ ਲੈ ਜਾਣ ਆਪਣੇ ਸਟੇਜ ਤੋਂ ਆ ਕੇ ਇੱਕ ਸਾਡੇ ਅਵਤਾਰ ਸਿੰਘ ਜੀ ਮਾਣਾ ਦੀਪਾ ਨਿਊਜ਼ੀਲੈਂਡ ਦੇ ਚਾਚਾ ਜੀ ਉਹ ਵੀ ਆਪਣਾ ਮਾਣ ਸਤਿਕਾਰ ਆ ਕੇ ਲੈ ਜਾਣ ਇੱਕ ਸਾਡੇ ਗੁਰਦਿਆਲ ਸਿੰਘ ਜੀ ਗੇਜੀ ਆਪਣੇ ਗੁਰਚੇਤਨ ਦੇ ਚਾਚਾ ਜੀ ਇਹ ਵੀ ਆਪਣਾ ਆ ਕੇ ਮਾਣ ਸਤਿਕਾਰ ਲੈ ਜਾਣ ਹਾਂ ਲਓ ਜੀ ਲਓ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕੋਈ ਬੁੱਕ ਨਹੀਂ ਸੀ ਕੋਈ ਰੂਲ ਨਹੀਂ ਸੀ ਇਹ ਇਸੇ ਤਰ੍ਹਾਂ ਜੱਦੀ ਪੁਸ਼ਤੀ ਕਬੱਡੀ ਖੇਡੀ ਆ ਰਹੀ ਸਨ ਹਰ ਟੂਰਨਾਮੈਂਟ ਤੇ ਆਪਣੇ ਰੂਲ ਹੁੰਦੇ ਸਨ ਕਿਉਂ ਬਰਾੜ ਸਾਹਿਬ ਹਰ ਟੂਰਨਾਮੈਂਟ ਕਮੇਟੀ ਆਪਣੇ ਰੂਲ ਬਣਾਉਂਦੀ ਸੀ ਅਤੇ ਕੋਈ ਟੱਚ ਦਾ ਨਹੀਂ ਕੋਈ ਗਰਾਊਂਡ ਦਾ ਰੂਲ ਨਹੀਂ ਕੋਈ ਹੰਧਿਆਂ ਦਾ ਰੂਲ ਨਹੀਂ ਕੋਈ ਗਰਾਊਂਡ ਦਾ ਰੂਲ ਨਹੀਂ ਆਹ ਵੇਖੋ ਸਾਹਮਣੇ ਰੂਲ ਬਣ ਗਿਆ ਜੇ ਹੁਣ ਇਹ ਮੰਗੀ ਦਾ ਰੂਲ ਬਣ ਗਿਆ ਵੀ ਹੱਥ ਲਾ ਕੇ ਸੁੱਕਾ ਜਾਣ ਨਹੀਂ ਦੇਣਾ ਪਰਮਜੀਤ ਸਿੰਘ ਪੰਮੀ ਔਰ ਨਾਲ ਸਾਡੇ ਸਤਿਕਾਰਯੋਗ ਸੁੱਖੀ ਬਰਾੜ ਜੀ ਤੇ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਪ੍ਰਧਾਨ ਨੇ ਔਰ ਸਾਡੇ ਕੋਚਿਸ ਨੇ ਸਾਰਿਆਂ ਨੇ ਰਲ ਕੇ ਇੱਕ ਰੂਲ ਬੁੱਕ ਦੂਸਰਾ ਐਡੀਸ਼ਨ ਆ ਗਿਆ ਨਵਾਂ ਐਡੀਸ਼ਨ ਸ਼ੋਧ ਹੋਈ ਹੈ ਉਹ ਸਾਡੇ ਕੋਲ ਪਹੁੰਚ ਗਿਆ ਅੱਜ ਉਹਦੀ ਓਪਨਿੰਗ ਹੋਵੇਗੀ ਪਰਮਜੀਤ ਸਿੰਘ ਜੀ ਪੰਮੀ ਔਰ ਸਾਡੇ ਸਤਿਕਾਰਯੋਗ ਅਵਤਾਰ ਸਿੰਘ ਜੀ ਮਾਣਾ ਦੀਪੇ ਚਾਚਾ ਜੀ ਸਟੇਜ ਤੇ ਪਹੁੰਚਣਾ ਆਪਣਾ ਮਾਣ ਸਨਮਾਨ ਲੈ ਜਾਣ ਚੱਲ ਅਵਤਾਰ ਸਿੰਘ ਜੀ ਮਾਣਾ ਬੱਲੇ ਭਾ ਕਬੱਡੀ ਜਵਾਨ ਮੌੜ ਮਹਿੰਦਰ ਮੌੜ ਉਹ ਵੈਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਬਲੱਗਣ ਦੀਆਂ ਗੱਲਾਂ ਹੋਈਆਂ ਜਵਾਨੋ ਹਕੀਕਤ ਤੋਚੀ ਦੀਆਂ ਗੱਲਾਂ ਪੱਪੂ ਦੀਆਂ ਗੱਲਾਂ ਬਹੁਤ ਵੱਡੀ ਗੱਲ ਕਬੱਡੀ ਇਹ ਹੈ ਜੱਫਾ ਅੱਜ ਮੰਗੀ ਬਣ ਗਿਆ ਘੁੱਗੀ ਜਸਵੀਰ ਸਿੰਘ ਘੁੱਗੀ ਦੀਆਂ ਗੱਲਾਂ 26 ਸਾਲ ਨਹੀਂ ਲੰਘਿਆ ਜਵਾਨੋ ਕੋਈ ਹੱਥ ਲਾ ਕੇ ਇੱਕ ਇੱਕ ਮੈਚ ਦੇ ਵਿੱਚ 20-20 ਜੱਫੇ ਗੱਲ ਕਹਿਣ ਨੂੰ ਝੂਠ ਲੱਗੇਗੀ ਪਰ ਇਤਿਹਾਸ ਦੱਸਦਾ ਹੈ ਜਿਨ੍ਹਾਂ ਨੇ ਮੈਚ ਵੇਖੇ ਘੁੱਗੀ ਜੀ ਅੱਜ ਉਹ ਇਤਿਹਾਸ ਰਚਾ ਦਿੱਤਾ ਤੁਸੀਂ ਸਾਹਮਣੇ ਸਾਡੇ ਬਜ਼ੁਰਗ ਮਾਣ UK ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਲੈਂਬਰ ਸਿੰਘ ਜੀ ਔਰ ਸਾਹਮਣੇ ਬੈਠੇ ਮਾਣ ਹੈ ਸਾਨੂੰ ਲੱਦਰ ਸਾਹਿਬ ਆ ਵੇਖ ਲਓ ਮੁੰਡਿਆਂ ਦਾ ਜੱਫਾ ਆ ਦੇਖ ਲਓ ਜੱਫਾ ਆ ਜਾਂਦਾ ਮੁੰਡਾ ਆ ਜਾਂਦਾ ਨੰਬਰ ਲੈ ਕੇ ਆਹਾ ਪੀਟਾ ਲੱਦੜ ਬਲਕਾਰਾ ਲੱਦੜ ਲੈਂਬਰ ਸਿੰਘ ਲੱਦੜ ਖੂਬਸੂਰਤ ਅੰਦਾਜ਼ ਦੇ ਨਾਲ ਇਹ ਕਬੱਡੀਆਂ ਇਹ ਰੇਡਾ ਮਾਣ ਸਾਈਂ ਤੇਰਾ ਨਾਮ ਧਿਆਈ ਦਾ ਸਾਈਂ ਤੇਰਾ ਨਾਮ ਧਿਆਈ ਦਾ ਜਗਤਾਰ ਘਨੌਰ ਕਬੱਡੀਆਂ ਪਾਈਆਂ ਇਹਨੇ ਲੱਦੜ ਲੈਂਬਰ ਸਿੰਘ ਜੀ ਜਗਤਾਰ ਨੇ ਕਬੱਡੀਆਂ ਪਾਈਆਂ ਬਹੁਤ ਵਧੀਆ ਤੁਹਾਡੇ ਪਿੰਡ ਵੇਖੋ ਧੱਕੇ ਵੇਖੋ ਧੱਕੇ ਦਿਸੇ ਨੂੰ ਆਓ ਮਾੜੇ ਨੂੰ ਦੁਨੀਆਂ ਜੀਣ ਨਹੀਂ ਦਿੰਦੀ ਹੋਏ ਜੀਣਾ ਹੀ ਤਕੜੇ ਦਾ ਮਾੜੇ ਦਾ ਕਾਹਦਾ ਜੀਣਾ ਜਵਾਨ ਇਹ ਦੁਨੀਆ ਮੰਦੀ ਜੋਰਾਂ ਨੂੰ
ਇਹ ਦੁਨੀਆ ਨਹੀਂ ਕਮਜ਼ੋਰਾਂ ਦੀ, ਇਹ ਜਗਤ ਨਹੀਂ ਬਿਮਾਰਾਂ ਦਾ, ਇਹ ਰਣ ਹੈ ਵੀਰ ਬਹਾਦਰਾਂ ਦਾ, ਇਹ ਪਿੜ ਹੈ ਸ਼ਾਹ ਸਵਾਰਾਂ ਦਾ, ਇਹ ਦੁਨੀਆ ਮੰਦੀ ਜੋਰਾਂ ਨੂੰ, ਇਹ ਦੁਨੀਆ ਮੰਦੀ ਜੋਰਾਂ ਨੂੰ ਜੋਰ। ਬਾਬਾ ਨਾਨਕ ਵੀ ਗੱਲ ਕਰ ਗਿਆ ਜੋਰ ਦੀ ਆਪਣੀ ਬਾਣੀ ਦੇ ਵਿੱਚ, ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਰਾਜਮਾਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਨਾਨਕ ਉੱਤਮ ਨੀਚ ਨਾ ਕੋਈ। ਇਹ ਹੈ ਨੀਚੋ ਕੋ ਊਚ ਕਰੇ ਮੇਰਾ ਸਤਿਗੁਰ। ਇਹ ਸਤਿਗੁਰ ਕਰਦਾ ਜਵਾਨੋ, ਸੁਬਾ ਸਵੇਰੇ ਕਾਲੀਏ ਕੋਲੇ ਬੀਸੀ ਸਮਰਾਲਾ ਤੇ ਚਮਕੌਰ ਸਾਹਿਬ ਬੱਛੋਵਾਲ, ਬੀਸੀ ਸਮਰਾਲਾ ਤੇ ਬੱਛੋਵਾਲ ਦੀਆਂ ਟੀਮਾਂ ਮੈਦਾਨ ਦੇ ਵਿੱਚ ਅਗਲਾ ਪਹਿਲਾ ਸੈਮੀਫਾਈਨਲ ਖੇਡਣ ਵਾਸਤੇ ਰਿਪੋਰਟ ਕਰਨ ਸਾਡੇ ਸੁਰਜਨ ਸਿੰਘ ਜੀ ਚੱਠਾ, ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਤੇ ਅਸੀਂ ਬਹੁਤ ਧੰਨਵਾਦੀ ਹਾਂ। ਰੂਲਸ ਐਂਡ ਰੈਗੂਲੇਸ਼ਨ ਇੱਕ ਬੁੱਕ ਅੱਜ ਰਿਲੀਜ਼ ਕੀਤੀ ਜਾਵੇਗੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ, ਜਿਹਦੇ ਤਹਿਤ ਸਾਰੀ ਕਬੱਡੀ ਪੰਜਾਬ ਦੀ ਵਰਲਡ ਕੱਪ ਦੇ ਵਿੱਚ ਕਬੱਡੀਆਂ ਪੈਣਗੀਆਂ ਉਹਨਾਂ ਰੂਲਾਂ ਦੇ ਮੁਤਾਬਕ, ਔਰ ਫੈਸਲਾ ਜਾਫੀ ਦੇ ਹੱਕ ਵਿੱਚ। ਸੰਦੀਪ ਦੇਸ਼ਾ ਪਾ ਕਬੱਡੀ, ਸੰਦੀਪ ਵਿਦੇਸ਼ਾ, ਗੱਲਾਂ ਕਰਨੀਆਂ ਸੌਖੀਆਂ, ਔਖੇ ਪਵਾਉਣੇ ਬੋਲ, ਮੈਂ ਹਾੜਾ ਪਾਉਣੀ ਆ ਰੱਬ ਦਾ। ਸੰਦੀਪ ਤੂੰ ਘੋੜੀ ਗਾਂ ਨੂੰ ਟੋਰ, ਤੂੰ ਕੋ ਘੋੜੀ ਕਿੱਥੋਂ ਤੁਰ ਪੂਗੀ, ਜੂੜੀ ਪੈ ਗਿਆ, ਦੋਹਾਂ ਲੱਤਾਂ ਨੂੰ ਜੂੜ ਪੈ ਗਿਆ ਕੁਲਵੀਰ ਸਿੰਘ। ਆਹ ਪੱਲੇ ਉਹ ਤੇਰੇ ਸੰਦੀਪ ਵਿਦੇਸ਼ਾ ਹੱਸਦਾ ਮੁਸਕਰਾਉਂਦਾ ਕਬੱਡੀ ਪਾਉਂਦਾ, ਬਹੁਤ ਵੱਡਾ ਮਾਣ। ਗਈ ਜਵਾਨੀ ਆਇਆ ਬੜੇਪਾ, ਜਾਗ ਪਈਆਂ ਸਭ ਪੀੜਾਂ ਸਾਹਮਣੇ ਜਵਾਨੋ, ਬੜੇਪੇ ਚ ਪੀੜਾਂ ਤੰਗ ਕਰਦੀਆਂ ਖਿਡਾਰੀਓ, ਅੱਜ ਸੋਚ ਕੇ ਖੇਡੋ, ਹੌਸਲੇ ਨਾਲ ਖੇਡੋ। ਅੱਜ ਤਹੱਈਆ ਕੀਤਾ ਸੁਰਜਨ ਸਿੰਘ ਚੱਠੇ ਨੇ ਵੀ ਨਸ਼ਾ ਮੁਕਤ ਕਰ ਦਿਆਂਗੇ ਕਬੱਡੀ ਨੂੰ, ਡਰੱਗ ਦਾ ਸਤਿਆਨਾਸ਼ ਕਰ ਦਿਆਂਗੇ। ਕੋਈ ਖਿਡਾਰੀ ਡਰੱਗੀ ਜਗਤਾਰ ਤਨੋਲੇ ਪਾ ਕਬੱਡੀ, ਜਗਤਾਰ ਸਿਆ ਸਿੰਘ ਸੂਰਮਾ ਵੇਖ ਲੋ ਜਟਾ ਜੂੜ, ਇਹ ਹੈ ਸਿੰਘ ਸੂਰਮਾ ਸਰਦਾਰ ਜਗਤਾਰ। ਆਰ ਸੀ ਰਿਜ਼ੋਰਟ ਗੁਰਾਇਆ 22 ਤਰੀਕ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਤੇ ਸਾਰੀਆਂ ਕਬੱਡੀ ਫੈਡਰੇਸ਼ਨ ਵਰਲਡ ਕਬੱਡੀ ਫੈਡਰੇਸ਼ਨ ਦੇ ਨੁਮਾਇੰਦੇ NRI ਵੀਰ 9 ਵਜੇ ਸਵੇਰੇ ਇਕੱਠੇ ਹੋਣਗੇ, ਔਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਕੋਈ ਖਿਡਾਰੀ ਨਸ਼ਾ ਕਰਕੇ ਮੈਦਾਨ ਦੇ ਵਿੱਚ ਕਬੱਡੀ ਨਹੀਂ ਖੇਡੇਗਾ। ਸਰ ਵੀ ਤਰੀਕੇ ਗੱਲਾਂ ਹੁੰਦੀਆਂ ਬਹੁਤ ਵੱਡੀਆਂ। ਅੱਜ ਵੇਖੋ ਕਬੱਡੀ ਪੈਂਦੀ, ਲੁਛ ਲੁਛ ਕਰਦਾ ਮੁੰਡਾ ਆਉਂਦਾ ਉੱਤੋਂ ਮੰਗੀ, ਲਾ ਜੱਫਾ ਜਵਾਨ ਲਾ ਜੱਫਾ, ਔਰ ਸਾਹਮਣੇ ਜੱਫਾ ਉਂਗਲ ਖੜੀ ਪੱਟ ਤੇ ਥਾਪੀ। ਹਾਂਜੀ ਸਰ ਸਾਹਿਬ, ਸਰ ਮੈਂ ਸੌਰੀ ਮੰਗਦਾ ਜੀ, ਜੀਓ ਜੀਓ ਤੋਤਾ ਕਾਲਾ ਸੰਘਿਆਂ ਵਾਲਾ ਤੇ ਹਰਵਿੰਦਰ ਸਿੰਘ ਕਾਲੂ ਕਾਲਾ, ਹਰਵਿੰਦਰ ਸਿੰਘ ਕਾਲਾ ਜੀ ਮਰੀਲੇ ਵਾਲੇ, ਪਲੀਜ਼ ਸਟੇਜ ਦੇ ਮੋਹਰੇ ਆਉਣ। ਮੈਂ ਬੇਨਤੀ ਕਰਦਾ ਤੋਤੇ ਨੂੰ, ਅੱਜ ਮਾਨ ਸਨਮਾਨ 11,000 ਦੇ ਨਾਲ ਕੀਤਾ ਜਾ ਰਿਹਾ, ਮਾਣਾ ਕਾਲਾ ਸੰਘਿਆਂ ਵਾਲਾ ਦੀਪਾ ਨਿਊਜ਼ੀਲੈਂਡ ਤੇ ਗੁਰਚੇਤਨ ਸਾਡਾ ਵੀਰ ਦੁਬਈ ਵਾਲਾ ਇਹ ਮਾਨ ਸਨਮਾਨ ਕਰ ਰਹੇ ਹੈ, ਔਰ ਸਾਡਾ ਵੀਰ ਤੋਤਾ ਪਲੀਜ਼ ਸਟੇਜ ਦੇ ਮੋਹਰੇ ਆਵੇ। ਓਵਰ ਟੂ ਮਾਈ ਕੋਸ਼ਲ ਸਾਹਿਬ। ਧੰਨਵਾਦ। ਮਾਨ ਸਨਮਾਨ ਗੱਡੀਆਂ ਦੇ ਨਾਲ ਹੁੰਦੇ ਜਵਾਨੋ, 11,000 ਦੇ ਨਾਲ ਮਾਨ ਸਨਮਾਨ, ਵਾਰਸ ਮਾਣ ਨਾ ਕਰ ਵਾਰਸਾਂ ਦਾ ਛੱਠਾ ਸਾਹਿਬ, ਵਾਰਸ ਮਾਣ ਨਾ ਕਰ ਵਾਰਸਾਂ ਦਾ, ਰੱਬ ਬੇਵਾਰਸ ਕਰ ਮਾਰਦਾ ਈ, ਰੱਬ ਬੇਵਾਰਸ ਕਰ ਮਾਰਦਾ, ਵਾਰਸ ਮਾਣ ਨਾ ਕਰ ਵਾਰਸ ਮਾਣ ਨਾ ਕਰ। ਆਖਰੀ ਕਬੱਡੀ ਇੱਕ ਰੇਡ ਬਾਕੀ ਜਗਤਾਰ ਦੀ, ਲੈ ਵੀ ਜਗਤਾਰ ਪਾਲਾ ਕਬੱਡੀ ਇੱਕ ਅਗਲੀ ਗੱਲ। ਲਓ ਜੀ ਪੰਡਿਤ ਕਾਲਾ ਸੰਘਿਆਂ ਦਾ ਰਕੇਸ਼ ਪੰਡਿਤ, ਪੰਡਤਾਂ ਦਾ ਮੁੰਡਾ ਖੇਡਿਆ ਕਬੱਡੀ ਕਾਲਾ ਸੰਘਿਆਂ ਦਾ ਜਵਾਨੋ, ਸਟੇਜ ਤੇ ਬੈਠਾ
ਰਕੇਸ਼ ਨਹੀਂ ਰਹਿ ਸਕਿਆ ਵੀ ਕਾਲਾ ਸੰਘਿਆਂ ਦਾ ਮੇਲਾ ਬਾਬਾ ਕਾਨਦਾਸ ਦਾ ਮੇਲਾ ਹੈ ਆ ਕੇ 2000 ਰੁਪਈਆ 1000 ਰੁਪਈਆ ਦੋਨਾਂ ਟੀਮਾਂ ਨੂੰ ਪੰਡਿਤ ਜੀ ਵੱਲੋਂ ਮੈਂ ਆਪਣੇ ਵੀਰ ਰਕੇਸ਼ ਪੰਡਿਤ ਦਾ ਬਹੁਤ ਧੰਨਵਾਦੀ ਹਾਂ ਜਿਹਨੇ ਖਿਡਾਰੀਆਂ ਦਾ ਵੱਡਾ ਮਾਣ ਕੀਤਾ ਸਤਿਕਾਰ ਕੀਤਾ ਧੰਨਵਾਦ ਰਕੇਸ਼ ਪੰਡਿਤ ਜੀ ਹੈਲੋ ਗੁਰਸਤ ਸਾਹਿਬ ਦਰਸ਼ਨ ਸੁਨਿਆਰਾ ਗਮਟਾਲੇ ਵਾਲਾ ਇੱਕ ਮਿੰਟ ਜਰਾ ਚਮਕੌਰ ਸਾਹਿਬ ਕਬੱਡੀ ਕਲੱਬ ਦੇ ਹਨ 26 ਨੰਬਰ ਔਰ ਸੰਗਰੂਰ ਅਕੈਡਮੀ ਦੇ ਹਨ 36 ਨੰਬਰ 26 ਦੇ ਮੁਕਾਬਲੇ 36 ਅੰਕਾਂ ਦੇ ਨਾਲ ਸੰਗਰੂਰ ਕਲੱਬ ਜੇਤੂ ਰਹੀ ਧੰਨਵਾਦ ਕੁਸ਼ਲ ਸਾਹਿਬ ਪਿਆਰਾ ਸਿੰਘ ਗਮਟਾਲਾ ਸਾਹਿਬ ਦੇ ਪਿੰਡੂ ਦਰਸ਼ਨ ਸੁਨਿਆਰਾ ਗਮਟਾਲੇ ਵਾਲਾ ਜੋ ਕਿ ਇੰਗਲੈਂਡ ਕਾਲਾ ਸੰਘਿਆਂ ਦਾ ਕਬੱਡੀ ਦੇ ਮੁਕਾਬਲੇ ਤੱਕ ਰਹੇ ਆ ਲਾਈਵ ਤੱਕ ਰਹੇ ਆ ਮੌੜ ਸਾਹਿਬ ਦਰਸ਼ਨ ਸਿੰਘ ਜੀ ਸੁਨਿਆਰਾ ਗਮਟਾਲੇ ਵਾਲਾ ਕਬੱਡੀ ਦੇ ਮੈਚ ਤੱਕ ਰਹੇ ਆ ਕਿ ਨਾਲ ਕਹਿ ਰਹੇ ਕਾਲਾ ਸੰਘਿਆਂ ਵਾਲੇ ਮੋਹਣੇ ਨੂੰ ਮੌੜ ਨੂੰ ਘੁੱਗੀ ਨੂੰ ਹਕੀਕੀ ਨੂੰ ਆ ਸਾਡੇ ਲਾਲੀ ਨੂੰ ਲੱਖ ਲੱਖ ਮੁਬਾਰਕਾਂ ਦੇ ਦਿਓ ਲਿੰਬਰ ਸਿੰਘ ਲੱਦੜ ਨੂੰ ਕਿ ਕਾਲਾ ਸੰਘਿਆਂ ਦਾ ਮੇਲਾ ਬਹੁਤ ਵਧੀਆ ਮੇਲਾ ਔਰ ਚੱਲ ਰਿਹਾ ਜਿੱਥੇ ਕਿ ਅੱਜ ਮੀਡੀਆ ਨੇ ਗੱਲ ਕੀਤੀ ਹੈ ਕਬੱਡੀ ਦੂਰਦਰਸ਼ਨ ਜਲੰਧਰ ਡੀਡੀ ਪੰਜਾਬੀ ਤੇ ਕਬੱਡੀ ਟੂਰਨਾਮੈਂਟ 2 ਮਾਰਚ ਦਿਨ ਐਤਵਾਰ ਨੂੰ ਦੁਪਹਿਰੇ 1:30 ਵਜੇ ਪ੍ਰਸਾਰਿਤ ਕਰਨ ਜਾ ਰਿਹਾ ਹੈ ਜਿਸ ਦੀ ਕਵਰੇਜ ਪੱਤਰਕਾਰ ਮਨਜੀਤ ਮਾਨ ਅਜੀਤ ਪ੍ਰਧਾਨ ਪ੍ਰੈਸ ਕਲੱਬ ਰਜਿਸਟਰਡ ਮੱਲੀਆਂ ਕਲਾਂ ਵਾਲੇ ਕਰ ਰਹੇ ਹਨ ਹਰੇਕ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਕਵਰੇਜ ਕਰਾਉਣ ਵਾਸਤੇ ਪੱਤਰਕਾਰ ਮਨਜੀਤ ਮਾਨ ਨਾਲ ਉਹਨਾਂ ਦੇ ਮੋਬਾਈਲ ਨੰਬਰ 9872888955 ਤੇ ਸੰਪਰਕ ਕੀਤਾ ਜਾ ਸਕਦਾ ਹੈ ਸਰਦਾਰ ਗੋਪਾਲ ਸਿੰਘ ਜੀ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ DAV ਕਾਲਜ ਜਲੰਧਰ ਮੇਰੀ ਆਵਾਜ਼ ਸੁਣਦੇ ਹੋਣ ਤੇ ਸਾਡੇ ਸਤਿਕਾਰਯੋਗ ਪ੍ਰਧਾਨ ਸੁਰਜਨ ਸਿੰਘ ਜੀ ਚੱਠਾ ਨੂੰ ਆ ਕੇ ਮਿਲ ਲੈਣ ਜਲੰਧਰ ਦੂਰਦਰਸ਼ਨ DD ਪੰਜਾਬੀ ਤੇ ਕਾਲਾ ਸੰਘਿਆਂ ਦਾ ਛਿੰਝ ਮੇਲਾ 23 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 1:30 ਵਜੇ ਪ੍ਰਸਾਰਿਤ ਹੋ ਰਿਹਾ ਹੈ ਜਿਸ ਦੀ ਕਵਰੇਜ ਪੱਤਰਕਾਰ ਮਨਜੀਤ ਮਾਨ ਨੇ ਕੀਤੀ ਹੈ ਬਹੁਤ ਸਾਰਾ ਧੰਨਵਾਦ ਇੱਕ ਹੋਰ ਜ਼ਰੂਰੀ ਸੂਚਨਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸੱਦਾ ਹੈ ਚੱਠਾ ਸਾਹਿਬ ਵੱਲੋਂ ਪਰਮਜੀਤ ਸਿੰਘ ਜੀ ਪੰਮੀ ਕਬੱਡੀ ਕੋਚ ਅਤੇ ਸਾਡੇ ਕੁਲਬੀਰ ਸਿੰਘ ਜੀ ਵੱਲੋਂ ਵੀ ਸਾਹਮਣੇ ਸਟੇਜ ਦੇ ਉੱਪਰ ਪਰਮਜੀਤ ਸਿੰਘ ਜੀ ਪੰਮੀ ਬੈਠਣਗੇ ਸੁਮਿੱਤਰ ਸਿੰਘ ਡਟਵਿੰਡੀ ਸੁਮਿੱਤਰ ਜੀ ਬੈਠੇ ਆ ਸੁਮਿੱਤਰ ਸਿੰਘ ਬੈਠੇਗਾ ਸਾਡਾ ਕਬੱਡੀ ਕੋਚ ਉਹਨਾਂ ਕੋਲ ਸਾਡੇ ਰੂਲ ਬੁੱਕ ਹਨ ਉਹ ਆਪਣਾ ਨਾਂ ਲਿਖਾਉਣ ਕੰਟਰੀ ਵਾਈਜ਼ ਵੀ ਕਿਹੜੇ ਦੇਸ਼ ਤੋਂ ਆਏ ਹਾਂ ਔਰ ਕੀ ਨਾਂ ਹੈ ਤਾਂ ਜੋ ਅਸੀਂ ਤੁਹਾਡੇ ਨਾਲ ਅੱਗੋਂ ਤੋਂ ਸੰਪਰਕ ਕਰ ਸਕੀਏ ਟੈਲੀਫੋਨ ਨੰਬਰ ਜਿਹੜਾ ਹੈ ਉਹ ਲਿਖਿਆ ਜਾਵੇ ਤਾਂ ਜੋ ਅਸੀਂ ਉਹਨਾਂ ਦੇ ਨਾਲ ਅੱਗੋਂ ਤੋਂ ਵੀ ਸੰਪਰਕ ਕਰ ਸਕੀਏ 9 ਵਜੇ 9:30 ਵਜੇ RC ਰਿਜ਼ੋਰਟ ਵਿਖੇ ਇੱਕ ਜ਼ਰੂਰੀ ਮੀਟਿੰਗ ਡਰੱਗਜ਼ ਬਾਰੇ ਹੋਣ ਜਾ ਰਹੀ ਹੈ ਸਾਰੇ NRI ਵੀਰਾਂ ਨੂੰ ਖੁੱਲ੍ਹਾ ਸੱਦਾ ਹੈ ਪ੍ਰਮੋਟਰਾਂ ਨੂੰ ਸੱਦਾ ਹੋਰ ਵੀ ਮੇਰਾ ਵੀਰ ਕੋਈ ਸੁਝਾਅ ਦੇਣਾ ਚਾਹੇ ਤੇ RC ਰਿਜ਼ੋਰਟ ਵਿਖੇ 9:30 ਵਜੇ ਪਹੁੰਚੇ 22 ਤਰੀਕ ਨੂੰ ਸੋ ਧੰਨਵਾਦ ਚੱਠਾ ਸਾਹਿਬ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਵੀ ਆਓ ਆਪਣੇ ਸੁਝਾਅ ਦਿਓ ਅਸੀਂ ਡਰੱਗ ਮੁਕਤ ਕਬੱਡੀ ਕਰਨੀ ਚਾਹੁੰਦੇ ਹਾਂ ਅਜੀਤ ਅਖਬਾਰ ਦੇ ਵਿੱਚ ਪੜ੍ਹ ਵੀ ਲਓ ਸਪੋਰਟਸ ਪੇਜ ਦੇ ਉੱਪਰ ਤੇ ਆਓ ਆ ਕੇ ਇਸ ਕਬੱਡੀ ਨੂੰ ਮਾਣ ਦਈਏ ਤੇ ਮਾਈਕ ਤੇ ਮੇਰਾ ਵੀ ਕਲੀਅਰ ਹੈਲੋ ਬਹੁਤ ਹੀ ਪਿਆਰੇ ਮੁਕਾਬਲੇ ਚੱਲ ਰਹੇ ਹੈ ਔਰ ਮਾਂ ਖੇਡ ਕਬੱਡੀ ਦੇ ਇੱਕ ਪਾਸੇ ਬਸ਼ੋਵਾਲ ਅਕੈਡਮੀ ਹੈ ਤੇ ਦੂਜੇ ਪਾਸੇ BC ਸਮਰਾਲੀ ਦੀ ਟੀਮ ਹੈ ਕੁੰਡੀਆਂ ਦੇ ਸਿੰਘ ਫਸਣ ਜਾ ਰਹੇ ਹੈ ਕਿ ਨਿਤਰੂ ਵੜੇ ਮੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਅਮਨ ਔਰ ਬਹੁਤ ਵਧੀਆ ਰੇਡ ਪਾਈ ਅਮਨ ਨੇ ਤੇ ਜਫਾ ਲੱਗਿਆ ਹੀ ਉਹ ਔਰ ਕਮਾਲ ਕੇ ਵਾਲਾ ਲੋ ਵੀ ਸਿੱਖ ਸਰਦਾਰ ਨਾਮ ਪਿੰਦਰ ਹੈ ਔਰ ਚਮਿਆਰੇ ਦੀ ਧਰਤੀ ਦਾ ਪਿੰਦਰ ਕਬੱਡੀ ਪਾ ਰਿਹਾ ਹੈ ਦਰਸ਼ਕ ਵੀ ਤਾੜੀਆਂ ਮਾਰ ਦਿਓ ਸਿੱਖ ਸਰਦਾਰ ਪਾਉਂਦਾ ਹੋਇਆ ਕਬੱਡੀ 4 ਜਾਫੀਆਂ ਦੀ ਘੁੰਮਦੀ ਹੋਈ ਚੈਨ ਹੈ ਹਰਿੰਦਰ ਸਿੰਘ ਦੀ ਪਾਈ ਹੋਈ ਕਬੱਡੀ ਹੈ ਬਹੁਤ ਵਧੀਆ ਜਫਾ ਪਰ ਫੈਸਲਾ ਕੁਲਵੀਰ ਸਿੰਘ ਕੋਚ ਸਾਹਿਬ ਦਾ ਹੈ ਕੁਲਵੀਰ ਕਿੱਧਰ ਫੈਸਲਾ ਜੀ ਹਾਂ ਪੁਆਇੰਟ ਹਰਵਿੰਦਰ ਦੇ ਖਾਤੇ ਆ ਭਾਵੀ ਕਬੱਡੀ ਹੈਪੀ ਚਮਿਆਰੇ ਦੀ ਧਰਤੀ ਅਗਲਾ ਸੈਮੀਫਾਈਨਲ ਸੰਗਰੂਰ ਕਲੱਬ ਤੇ DAV ਕਾਲਜ ਜਲੰਧਰ
एपसोड क्लब संगरूर ते डेवी कॉल जलंधर दे टीम खेड मैदान च अर्कोट करे। बहुत प्यारा मुकाबला। क्लियर जी, एक मिनट क्लियर जी, एक मिनट लवांगा। दीपा चिट्टी यूके तो, बिला कनेडा ते बिला खीरा वाली, ये साडे वीर जिन्हां दीआं बाई नेम असी ट्रॉफीज बनाईआं हन, वो आके प्राप्त कर लैन, बहुत मेहरबानी होवेगी। बाकी इन्हां दे वीर जिन्हें भी आए हैं उन्हां सारिआं दा विशेष मान सम्मान होवेगा कमेटी वल्लों। कोई मेरा वीर मान सम्मान ले बिना ना जावे। बहुत मेहरबानी, धन्नवाद। ओवर टू ग्राउंड। भावी कबड्डी डौलिआं उप्पर टैटू खनवाए है। मकंदपुर की धरती है, नवा शहर का एरिया, नाम मनु है। लुधियाने की गल होंदी है कि मनु की पाई हुई कबड्डी है, मकंदपुर वालों खेडदा है। बीसी समराले दीआं गल्लां होईआं, अज वेखदे हां कि उह नौजवान बब्बर शेर झपट मारी है, पर नहीं पॉइंट मनु मकंदपुर दे खाते है। लो वी काला संगिआं वालों ताड़ियां मारियो। और नाम संदीप कबड्डी पा रहे है, कहिंदे है कबड्डी दे विच चार संदीप है जो कि मन्ने गए है। ये पंजवां संदीप चट्ठा साहब, ये काला संगिआं दी धरती दा है। और वाह शेरानी रिसां तेरी है। उधर साडे लंबर सिंह जी लदर साहब, गांता लदर जी, प्यारा सिंह जी गमटाला, सुचा सिंह जी और साडे मोहन सिंह जी कंदोला साहब तकदे हुए मैच के नौजवान ने कैंची बहुत वधिया मारी है। प्यारा सिंह जी आखदे है कि कमाल के दी धरती दा, और जफा लाउण दी कोशिश करदा होया है कि अज तां स्वाद आ गया। सुचा सिंह जी वेखो कैंची, वेखो भगत सिंह जी के कुंडियां दे सिंह फस गए, नित्रू वड़े में खानी कुंडियां दे सिंह फस गए। श्याम लाल जी दा टेलीफोन आया जसवीर कुकी नूं, नारवे बैठे काला संगिआं दा, तोची जी मैच वेखते हुए, और बहुत लगन दा टेलीफोन आया तोची नूं कि वड्डा माण मिलिया, कि काला संगिआं दा मेला इस वेले पूरा भरिया। बड़ा मन वधाइयां दिंदा समुची कमेटी नूं, बलगन रामा बलगन, धन्नवाद। आओ जी अपने मान सम्मान हासिल करो। माने अज दर्शक वीरो काला संगिआं दे मेले दे नाल और 1,20,000 बंदा जुड़िया होया नैट दे है।